ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀ ਜੈ ਭਾਰਤ ਜਮੂਨ ਵਸੀਸ਼ ਨਮਵ ਬਦੈ ਅਸ ਸਲਾਮ ਅਲੈਕਮ ਜੈ ਮਸੀਹ ਅੱਜ ਆਪਾਂ ਡਿਸਕਸ ਕਰਾਂਗੇ ਕਿ ਬੀਐਸਪ ਨੂੰ ਦਲਤਾਂ ਦੀ ਪਾਰਟੀ ਕਿਉਂ ਕਹਿੰਦੇ ਆ ਤੇ ਜਾਂ ਕੋਈ ਦਲਤ ਪ੍ਰੈਜ਼ੀਡੈਂਟ ਬਣ ਜਾਂਦਾ ਤੇ ਉਹਨੂੰ ਪ੍ਰੈਜ਼ੀਡੈਂਟ ਕਿਉਂ ਨਹੀਂ ਕਹਿੰਦੇ ਉਹਨੂੰ ਦਲਿਤ ਪ੍ਰੈਜ਼ੀਡੈਂਟ ਕਿਉਂ ਕਹਿੰਦੇ ਆ ਤੇ ਕਾਂਗਰਸ ਭਾਜਪਾ ਜਿਹੜੀਆਂ ਬ੍ਰਾਹਮਣ ਦੀਆਂ ਪਾਰਟੀਆਂ ਜਾਂ ਕਾਂ ਜਿਹੜੀਆਂ ਕਾਮਨਿਸਟ ਪਾਰਟੀਆਂ ਉਹ ਵੀ ਬ੍ਰਾਹਮਣਾਂ ਦੀਆਂ ਪਾਰਟੀਆਂ ਨੇ ਦਾ ਹੈੱਡ ਬ੍ਰਾਹਮਣ ਹੈ ਉਹਨਾਂ ਨੂੰ ਬ੍ਰਾਹਮਣਾਂ ਦੀਆਂ ਪਾਰਟੀਆਂ ਕਿਉਂ ਨਹੀਂ ਕਹਿੰਦੇ ਜਦੋਂ ਕਿ ਬ੍ਰਾਹਮਣ 3.5% ਹੈ ਤੇ ਉਹ ਭਾਜਪਾ ਨੂੰ ਵੀ ਹੋਲਡ ਕਰਦਾ ਕਾਂਗਰਸ ਨੂੰ ਵੀ ਹੋਲਡ ਕਰਦਾ ਤਰਮੂਲ ਕਾਂਗਰਸ ਨੂੰ ਤੇ ਹੋਰ ਸੀਪੀਆਈ ਸੀਪੀਐਮ ਇਹਨਾਂ ਦੇ ਹੈੱਡ ਬ੍ਰਾਹਮਣਾਂ ਨੇ ਬਣਾਈਆਂ ਸੀ ਤੇ ਬ੍ਰਾਹਮਣਾਂ ਦੀਆਂ ਪਾਰਟੀਆਂ ਇਹਨਾਂ ਨੂੰ ਬ੍ਰਾਹਮਣਾਂ ਦੀਆਂ ਪਾਰਟੀਆਂ ਕਿਉਂ ਨਹੀਂ ਕਿਹਾ ਜਾਂਦਾ ਕਿ ਜਿਹੜੇ ਬੀਐਸਪੀ ਆ ਉਹਨਾਂ ਤੇ ਕਿਉਂ ਦਲਿਤ ਦਾ ਟੈਗ ਲੱਗ ਜਾਂਦਾ ਇਹਦੇ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਇਹ ਡਿਸਕਸ ਕਰਨ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਦਲਿਤ ਤੇ ਨੌਨ ਦਲਿਤ ਕੌਣ ਹੈ ਦਲਿਤ ਕੌਣ ਹੈ ਦਲਿਤ ਦਾ ਮਤਲਬ ਕੀ ਹੈ ਦਲਿਤ ਦਾ ਮਤਲਬ ਹੁੰਦਾ دبਿਓ ਕੁਚਲੇ ਹੋਏ ਲੋਕ ਉਹ ਲੋਕ ਜੋ 4-5000 ਸਾਲ ਤੋਂ ਆਰੀਆ ਬ੍ਰਾਹਮਣ ਦੇ ਨਾਲ ਜੰਗਾਂ ਲੜਦੇ ਆਏ ਜੰਗਾਂ ਲੜਦੇ ਗਏ ਕਿਉਂਕਿ ਜਦੋਂ ਵੀ ਕਿਸੇ ਵੀ ਦੇਸ਼ ਤੇ ਕੋਈ ਅਟੈਕ ਕਰਦਾ ਤਾਂ ਉਸ ਦੇਸ਼ ਦੇ ਲੋਕ ਦੋ ਭਾਗਾਂ ਵਿੱਚ ਵੰਡੇ ਜਾਂਦੇ ਆ ਇੱਕ ਉਹ ਲੋਕ ਬਹੁ ਗਣਤੀ ਉਹ ਲੋਕ ਹੁੰਦੇ ਨੇ ਜਿਹੜੇ ਲੜਨਾ ਨਹੀਂ ਚਾਹੁੰਦੇ ਹੁੰਦੇ ਆਪਣੀ ਜਾਨ ਬਚਾਉਂਦੇ ਆ ਤੇ ਉਹ ਇਨਵੇਡਰਸ ਦੇ ਨਾਲ ਰਲ ਜਾਂਦੇ ਆ ਉਹ ਤਾੜਵੀ ਦੇ ਨਾਲ ਰਲ ਜਾਂਦੇ ਆ ਤੇ ਕੁਝ ਲੋਕ ਐਨੇ ਹੱਠੀਏ ਤੱਪੀਏ ਹੁੰਦੇ ਆ ਐਨੇ ਗੈਰਤ ਵਾਲੇ ਹੁੰਦੇ ਆ ਅਣਖ ਵਾਲੇ ਹੁੰਦੇ ਆ ਦਲੇਰ ਹੁੰਦੇ ਆ ਉਹ ਜੰਗਾਂ ਲੜਦੇ ਹੀ ਰਹਿੰਦੇ ਆ ਉਹ ਆਪਣੇ ਦੁਸ਼ਮਣ ਨਾਲ ਜੰਗਾਂ ਲੜਦੇ ਰਹਿੰਦੇ ਜਿੱਦਾਂ ਹੁਣ ਅਰਾਕ ਦੇ ਵਿੱਚ ਅਮਰੀਕਾ ਨੇ ਅਟੈਕ ਕੀਤਾ ਕੁਝ ਲੋਕ ਅਮਰੀਕਾ ਦੇ ਨਾਲ ਰਲ ਗਏ ਤੇ ਕੁਝ ਲੋਕ ਰਿੰਗ ਫੌਜਾਂ ਦੇ ਰਿੰਗ ਬਣਾ ਬਣਾ ਕੇ ਉਹਨਾਂ ਨੇ ਜੰਗਾਂ ਲੜੀਆਂ ਰਿੰਗ ਬਣਾਏ ਫੌਜਾਂ ਦੇ ਅੱਗੇ ਤੋਂ ਅੱਗੇ ਫਿਰ ਅਟੈਕ ਕਰਨੇ ਸ਼ੁਰੂ ਕੀਤੇ ਲਗਾਤਾਰ ਜੰਗਾਂ ਲੜਦੇ ਇਦਾਂ ਹੀ ਅਫਗਾਨਿਸਤਾਨ ਵਿੱਚ ਹੋਇਆ ਕੁਝ ਲੋਕ ਨਾ ਰਲ ਗਿਆ ਤੇ ਕੁਝ ਲੋਕ ਲੜਦੇ ਰਹਿ ਲਗਾਤਾਰ ਇਹ ਦਲਤ ਉਹ ਲੋਕ ਨੇ ਜਿਹੜੇ ਆਰੀਆ ਬ੍ਰਾਹਮਣ ਦੇ ਨਾਲ ਧੜਵੀਆਂ ਦੇ ਨਾਲ ਲਗਾਤਾਰ ਜੰਗਾਂ ਲੜਦੇ ਆਏ ਐਂ ਤੇ ਜਿਹੜੇ ਜਿਹਨਾਂ ਲੋਕਾਂ ਨੇ ਜੰਗ ਨਹੀਂ ਲੜੀ ਜਿਨ੍ਹਾਂ ਨੂੰ ਨਾਨ ਦਲਿਤ ਬ੍ਰਾਹਮਣ ਕਹਿੰਦਾ ਜਿਨ੍ਹਾਂ ਨੂੰ ਬ੍ਰਾਹਮਣ ਕਹਿੰਦਾ ਇਹ ਉੱਚੀਆਂ ਜਾਤਾਂ ਦੇ ਲੋਕ ਨੇ ਇਸ ਵਰਨ ਨੇ ਇਹ ਉੱਚੀਆਂ ਜਾਤਾਂ ਦੇ ਲੋਕ ਨੇ ਉਹ ਲੋਕ ਜਿਨ੍ਹਾਂ ਨੇ ਬ੍ਰਾਹਮਣ ਦੇ ਨਾਲ جنگ ਨਹੀਂ ਲੜੀ ਤੇ ਬ੍ਰਾਹਮਣ ਦੇ ਨਾਲ ਉਹਦੀ ਗੁਲਾਮੀ ਕਬੂਲ ਕਰ ਲਈ ਤੇ ਰਹਿਣਾ ਕਬੂਲ ਕਰ ਲਿਆ ਬ੍ਰਾਹਮਣ ਦੇ ਨਾਲ ਉਹਨਾਂ ਨੂੰ ਬ੍ਰਾਹਮਣ ਕਹਿੰਦਾ ਵੀ ਤੁਸੀਂ ਉੱਚੀਆਂ ਜਾਤਾਂ ਦੇ ਲੋਕ ਹੋ ਉਹਨਾਂ ਦੀ ਗਿਣਤੀ ਭਾਰਤ ਦੇ ਵਿੱਚ 52% ਹੈ ਜਿਨ੍ਹਾਂ ਨੂੰ ਆਪਾਂ ਨਾਨ ਦਲਿਤ ਵੀ ਕਹਿੰਦੇ ਨੇ ਤੇ ਸੰਵਿਧਾਨ ਉਹਨਾਂ ਨੂੰ ਕਹਿੰਦਾ OBC ਅਦਰ ਬੈਕਵਰਡ ਕਲਾਸਸ ہے وہ بھی بیک ورڈ کلاسز کیونکہ ব্রাহ্মণ نے انہاں دا ਧਰਮ ਵੀ ਅਨਪੜ ਰਹਿ ਕੇ ਸਿਰਫ ਉੱਪਰਲੇ ਵਰਨਾ ਦੀ ਸੇਵਾ ਕਰਨਾ ਬਣਾਇਆ ਸੀ ਬੇਸਿਕਲੀ ਜਿਹੜੇ ਸ਼ੂਦਰ ਨੇ 52% ਨੇ ਜਿਹੜੇ ਦਲਿਤ ਨੇ ਇਹ ਸ਼ੂਦਰ ਨਹੀਂ ਇਹ ਅਨ ਟੱਚੇ ਵਾਲਾ ਅਨ ਟੱਚੇਵਲ ਕਿਉਂ ਕਿ ਕਿਉਂਕਿ ਜਦੋਂ ਇਹ ਲਗਾਤਾਰ جنگ ਲੜਦੇ ਗਏ ਤਾਂ ব্রাহ্মণ ਨੂੰ ਇਹਨਾਂ ਲੋਕਾਂ ਤੋਂ ਬੜਾ ਖਤਰਾ ਲੱਗਾ ਡਰ ਗਿਆ ব্রাহ্মণ ਵੀ ਇਹ ਲੋਕ ਹੱਠੀਏ ਬੜੇ ਆ ਇਹ ਮੈਨੂੰ ਖਤਮ ਕਰਦੇ ਆ ਲਗਾਤਾਰ ਤੇ ਜਦੋਂ ਜੰਗਾਂ ਬੰਦ ਹੋ ਗਈਆਂ ਤੇ ਦਲਤਾਂ ਨੇ ਡਰਾਮਿਆਂ ਦੇ ਰੂਪ ਵਿੱਚ ਨਕਲਾਂ ਦੇ ਰੂਪ ਵਿੱਚ ਇਹਨਾਂ ਲੋਕਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਬ੍ਰਾਹਮਣਾਂ ਦਾ ਨਕਲਾਂ ਦਾ ਰੂਪ ਤੇ ਡਰਾਮਿਆਂ ਦੇ ਰੂਪ ਵਿੱਚ ਤੇ ਉਸ ਵੇਲੇ ਜਦ ਜੰਗਾਂ ਬੰਦ ਹੋ ਗਈਆਂ ਤਾਂ ਇਹ ਹੌਲੀ-ਹੌਲੀ ਛੱਪੜਾਂ ਦੇ ਕੰਡੇ ਸੇਵਿਆਂ ਦੇ ਕੰਡੇ ਆ ਕੇ ਰਹਿਣ ਲੱਗੇ ਪਰ ਬ੍ਰਾਹਮਣ ਨੂੰ ਫੇਰ ਵੀ ਖਤਰਾ ਲੱਗਾ ਤੇ ਬ੍ਰਾਹਮਣ ਨੇ 52% OBC ਜਿਹੜਾ ਜਿਹੜਾ ਨੌਨ ਦਲਤ ਹੈ ਹੈ ਸ਼ੂਦਰ ਉਹ ਸ਼ੂਦਰ ਹੈ ਦਲਿਤ ਸ਼ੂਦਰ ਨਹੀਂ ਹੈਗਾ ਤੇ ਉਹਨੇ ਸ਼ੂਦਰਾਂ ਨੂੰ ਕਿਹਾ ਵੀ ਇਹ ਜਿਹੜੇ ਲੋਕ ਅਸ਼ੂਤ ਨੇ ਇਹ ਜਿਹੜੇ ਲੋਕ ਦਲਿਤ ਨੇ ਵੀ ਮੈਨੂੰ ਇਹਨਾਂ ਦੇ ਜਮ ਨੇ ਨੇੜੇ ਆ ਜਾਂਦਾ ਪਿੱਟ ਚੜਦੀ ਆ ਇਹ ਮੇਰੇ ਨੇੜੇ ਨਾ ਆਉਣ ਉਹ ਖਤਰਾ ਜਿਹੜਾ ਸੀ ਪਿੱਟ ਵਿੱਚ ਬਦਲ ਗਿਆ ਬ੍ਰਾਹਮਣ ਨੇ ਉਹ ਜਿਹੜਾ ਖਤਰਾ ਪਿੱਟ ਵਿੱਚ ਬਦਲ ਗਿਆ ਤੇ ਮੇਰੇ ਨੇੜੇ ਨਾ ਆਉਣ ਤੇ 52% ਜਿਹੜਾ OBC ਲਾਣਾ ਸੀ ਉਹਨੇ ਬ੍ਰਾਹਮਣ ਦੀ ਮਦਦ ਕੀਤੀ ਕਿ ਇਹਨਾਂ ਲੋਕਾਂ ਨੂੰ ਦਬਾ ਕੇ ਰੱਖਿਆ ਜਾਵੇ ਇਹ ਲੋਕ ਨੇੜੇ ਨਾ ਆਉਣ ਤੇ 52% ਲੋਕਾਂ ਨੇ ਬ੍ਰਾਹਮਣ ਦੇ ਪੈਰ ਲਵਾਏ ਭਾਰਤ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਅਦਰ ਬੈਕਵਰਡ ਕਲਾਸਸ ਕਹਿੰਦੇ ਆ ਦਲਤ ਉਹ ਜਿਹੜੇ ਲਗਾਤਾਰ ਜੰਗਾਂ ਲੜਦੇ ਰਹੇ ਇਨੀ ਕੋਰੇ ਪੀਮਾ ਕੋਰੇ گاؤں ਵਿੱਚ 500 ਦਲਤਾਂ ਨੇ 28000 ਪੇਸ਼ਵਾ ਬ੍ਰਾਹਮਣਾ ਦੇ ਕੁਝ ਮਾਰ ਦਿੱਤੇ ਕੁਝ ਦੜਾ ਦਿੱਤੇ ਤੇ ਇਧਰ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਮੱਝ ਵੀ ਸੇ ਕਹਿੰਦੇ ਆ ਜਿਹੜੇ ਦਲਤ ਲੋਕ ਸੀ ਉਹਨਾਂ ਨੇ ਗੁਰੂ ਸਾਹਿਬਾਨ ਦੇ ਨਾਲ ਲੜ ਕੇ 13 ਜੰਗਾਂ ਹਿੰਦੂ ਰਾਜਾਂ ਤੋਂ ਰਾਜਪੂਤਾਂ ਤੋਂ ਜਿੱਤੀਆਂ ਇਹ ਆ ਇਹਨਾਂ ਦਲਤਾਂ ਦੀ ਬਹਾਦਰੀ ਹੁਣ ਆ ਪਾ ਜੰਨੇ ਆ ਦਲਤ ਇਹ ਪਾਰਟੀ BSP ਪਾਰਟੀ ਨੂੰ ਇਹ ਜਿਹੜਾ ਬ੍ਰਾਹਮਣ ਹੈ ਦਲਤ ਤੇ ਨੌਨ ਦਲਤ ਵਿੱਚ ਕਿਉਂ ਵੰਡ ਕੇ ਰੱਖਣਾ ਚਾਹੁੰਦਾ BSP ਪਾਰਟੀ ਨੂੰ ਦਲਤਾਂ ਦੀ ਪਾਰਟੀ ਕਾਂਸੀ ਰਾਮ ਨੂੰ ਦਲਤਾਂ ਦਾ ਨੇਤਾ ਬਾਬਾ ਸਾਹਿਬ ਅੰਬੇਦਕਰ ਨੂੰ ਦਲਤਾਂ ਦਾ ਨੇਤਾ ਤੇ ਦਲ ਪ੍ਰੈਜ਼ੀਡੈਂਟ ਜਿਹਦੇ ਖੋਜੀ ਅਸੀਂ ਦਲਤਲਾਤਾ 52% ਜਿਹੜਾ OBC ਆ ਜਿਹੜਾ ਜਿਹਨੂੰ ਬ੍ਰਾਹਮਣ ਉੱਚੀਆਂ ਜਾਤਾਂ ਦੇ ਕਹਿੰਦਾ ਜਿਹਦੀ ਬ੍ਰਾਹਮਣ ਤਾਰੀਫ ਕਰਦਾ ਸੀ ਉਹਨੂੰ ਆਪਣੇ ਨਾਲ ਰੱਖਣ ਦੇ ਲਈ ਤੇ ਦਲਤਾਂ ਤੇ ਨੌਨ ਦਲਤਾਂ ਵਿੱਚ ਡਿਵੀਜ਼ਨ ਪਾ ਕੇ ਰੱਖਣ ਦੇ ਲਈ ਤੇ ਬ੍ਰਾਹਮਣ ਆਪਣਾ ਰਾਜ ਪੱਕਾ ਕਰਨ ਦੇ ਲਈ ਕਿਉਂ ਬ੍ਰਾਹਮਣ ਦੀ ਗਿਣਤੀ ਜਿਹੜੀ ਆ 3.5% ਹੈ ਹੁਣ ਜੇ 3.5% ਨੇ ਰਾਜ ਕਰਨਾ ਇਹਦੇ ਭਾਰ ਦੇ 85% ਲੋਕ ਆ ਸਭ ਤੋਂ ਪਹਿਲਾਂ ਤਾਂ ਉਹਨੂੰ ਡਿਵੀਜ਼ਨ ਕਰਨੀ ਪਊਗੀ ਨੌਨ ਦਲਤ ਤੇ ਨੌਨ ਦਲ ਉੱਚੀਆਂ ਜਾਤਾਂ ਤੇ ਨੀਵੀਆਂ ਜਾਤਾਂ ਦੀ ਦਲਤ ਤੇ ਨੌਨ ਦਲਤ ਦੀ ਇਸ ਕਰਕੇ ਇਹ ਡਿਵੀਜ਼ਨ ਨੂੰ ਬਣਾਈ ਰੱਖਣ ਦੇ ਲਈ ਜਦੋਂ ਵੀ ਕਦੇ ਉਹ ਦਲਤਾਂ ਦੇ ਵਿੱਚ ਪਾਰਟੀ ਉੱਠਦੀ ਆ ਰੈਵੋਲੂਸ਼ਨ ਉੱਠਦਾ ਤਾਂ ਉਹ ਨੌਨ ਦਲਤਾਂ ਨੂੰ OBC ਨੂੰ ਉੱਚੀਆਂ ਜਾਤਾਂ ਦੇ ਸ਼ੂਦਰਾਂ ਨੂੰ ਬੇਸਿਕਲ ਜਿਹੜੇ ਸ਼ੂਦਰ ਨੇ ਉਹਨਾਂ ਨੂੰ ਆਪਣੇ ਨਾਂ ਜੋੜਨ ਦੇ ਲਈ ਉਹਨਾਂ ਤੋਂ ਆਪਣੀ ਆਵਾਜ਼ ਬੁਲਾਉਣ ਦੇ ਲਈ ਉਹਨਾਂ ਨੂੰ ਦਲਤਾਂ ਦੀ ਪਾਰਟੀ ਕਹਿੰਦਾ ਦਲਤਾਂ ਦਾ ਨੇਤਾ ਕਹਿੰਦਾ ਦਲਤਾਂ ਦਾ ਪ੍ਰੈਜ਼ੀਡੈਂਟ ਕਹਿੰਦਾ ਤਾਂ ਕਿ ਜੋ 52% ਲਾਣਾ ਉਹਦੇ ਨਾਲ ਜੁੜਿਆ ਰਹੇ ਹੁਣ ਬਾਬਾ ਸਾਹਿਬ ਅੰਬੇਦਕਰ ਨੇ ਦਸ ਪਹਾੜ ਦੇ 85% ਲੋਕਾਂ ਲਈ ਸਾਰਾ ਕੁਝ ਕੀਤਾ ਹੁਣ ਪਹਿਲਾਂ ਜ਼ਮੀਨਾਂ ਦੇ ਮਾਲਕ ਨਹੀਂ ਸੀ ਬਾਬਾ ਸਾਹਿਬ ਅੰਬੇਦਕਰ ਕਰਕੇ ਜ਼ਮੀਨਾਂ ਦੇ ਮਾਲਕ ਬਣੇ ਹੁਣ ਬਾਬਾ ਸਾਹਿਬ ਅੰਬੇਦਕਰ ਨੇ ਜੋ ਆਰਟੀਕਲ 340 ਲਿਖਿਆ ਉਹਨੇ ਕਿਹਾ ਵੀ ਪਹਾੜਤ ਦੇ ਆ ਜਿਹੜਾ 85% ਲੋਕ ਆ ਜਿਹੜੇ ਦਲਿਤ ਤੇ ਨੌਨ ਦਲਿਤ ਵਿੱਚ ਵੰਡੇ ਹੋਏ ਜਿਹੜੇ ਛੋਟੀਆਂ ਤੇ ਵੱਡੀਆਂ ਜਾਤਾਂ ਵਿੱਚ ਵੰਡੇ ਹੋਏ ਆ ਇਹਨਾਂ ਦੀ ਜਾਤੀ ਆਧਾਰ ਤੇ ਗਿਣਤੀ ਕਰਾ ਕੇ ਇਹਨਾਂ ਨੂੰ ਜਾਤੀ ਆਧਾਰ ਤੇ ਭਾਰ ਦੇ ਵਿੱਚ ਹਿੱਸੇਦਾਰੀ ਦਿੱਤੀ ਜਾਵੇ 85% ਲੋਕਾਂ ਨੂੰ ਹਿੱਸੇਦਾਰੀ 85% ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਬ੍ਰਾਹਮਣ ਹੈ 3.5% ਜਿਹੜਾ ਉੱਚੀਆਂ ਜਾਤਾਂ ਦੇ ਸ਼ੂਦਰਾਂ ਨੂੰ ਆਪਣੇ ਨਾਲ ਜੋੜ ਕੇ ਭਾਰਤ ਹੀ ਰਾਜ ਕਰਦਾ ਕਦੇ ਨਾ ਮੁਗਲਾਂ ਨਾਲ ਮਿਲ ਕੇ ਰਾਜ ਕੀਤਾ ਕਦੇ ਬ੍ਰਿਟਿਸ਼ ਨਾਲ ਮਿਲ ਕੇ ਰਾਜ ਕੀਤਾ ਵੀ ਘੱਟ ਗਣਤੀ ਵਿੱਚ ਰਹਿ ਜਵੇ ਤੇ ਇਹਨੂੰ ਗਣਤੀ ਮੁਤਾਬਕ ਹਿੱਸੇਦਾਰੀ ਮਿਲੇ ਇਹ ਸੀ ਬਾਬਾ ਸਾਹਿਬ ਮੇਦਕਰ ਨੇ ਜਿਹੜਾ ਪਲੈਨਿੰਗ ਲੈ ਕੇ ਆਉਣਾ ਚਾਹੁੰਦੇ ਸੀ ਰਿਜ਼ਰਵੇਸ਼ਨ ਦੀ ਜਿਹੜਾ ਅਸੀਂ ਵਿਰੋਧਤਾ ਕੀਤੀ ਸਾਇਮਨ ਕਮਿਸ਼ਨ ਦਾ ਵਿਰੋਧ ਕਰਕੇ ਤੇ ਹੁਣ ਉਹ ਬਾਬਾ ਸਾਹਿਬ ਨੇ ਆਰਟੀਕਲ 340 ਲਿਖਿਆ ਕਾਕਾ ਕਾਲ ਕਮਿਸ਼ਨ ਬੈਠਾ ਅਜ ਮੰਡਲ ਕਮਿਸ਼ਨ ਆ ਤੇ ਜਿਹੜਾ 52% ਲਾਣਾ ਉਹ 52 ਉਹਦੀ ਗੱਲ ਨਹੀਂ ਕਰਦਾ ਬ੍ਰਾਹਮਣ ਨੇ ਅਜੇ ਵੀ 52% ਸ਼ੂਦਰਾਂ ਨੂੰ ਜਿਹਨਾਂ ਨੂੰ ਉੱਚੀਆਂ ਜਾਤਾਂ ਦੇ ਕਹਿੰਦਾ ਉਹਨੂੰ ਨਾਲ ਜੋੜਿਆ ਆ ਦਲਤਾਂ ਉਹ ਦੂਜਿਆਂ ਨੂੰ ਜਿਹੜੇ ਬੰਦੇ ਆ ਬਟ 22.5% ਜਿਨ੍ਹਾਂ ਦੀ ਗਿਣਤੀ ਆ ਤੇ ਜਿਨ੍ਹਾਂ ਦੇ ਵਿੱਚੋਂ 10% ਲੋਕ ਧਾਰਮਿਕ ਕਨਵਰਟ ਹੋਏ ਅਤੇ 33% ਬੰਦ ਦੀ ਗਿਣਤੀ 33% ਉਹਨਾਂ ਲੋਕਾਂ ਨੂੰ ਦਲਿਤ ਦਾ ਠੱਪਾ ਲਾ ਕੇ ਇਹ 52% ਲੋਕਾਂ ਨੂੰ ਨੌਨ ਦਲਿਤ ਬਣਾ ਕੇ ਉੱਚੀਆਂ ਜਾਤਾਂ ਦੇ ਬਣਾ ਕੇ ਆਪਣੇ ਨਾਲ ਜੋੜ ਕੇ ਇਹ ਭਾਰਤ ਵਿੱਚ ਰਾਜ ਕਰਦਾ ਇਸ ਕਰਕੇ ਜਿੰਨਾ ਮਰਜ਼ੀ ਆਪਾਂ ਰੌਲਾ ਪਾਈ ਜਾਈਏ ਇਹ ਜਿਹੜਾ ਮੀਡੀਆ ਆ ਭਾਰ ਦਾ ਇਹ ਬ੍ਰਾਹਮਣ ਦੇ ਕੰਟਰੋਲ ਚ ਹੈ ਤੇ 52% ਜਿਹੜਾ ਲਾਣਾ ਉਹ ਸਾਨੂੰ ਦਲਿਤ ਬਣਾ ਕੇ ਯੋਧੇ ਜਿਹੜੇ ਲੋਕ ਨੇ ਬਹਾਦਰ ਲੋਕ ਨੇ ਭਾਰ ਦੇ ਜਿਨ੍ਹਾਂ ਨੇ ਆਪਣੇ ਹੱਕ ਵੀ ਲੈ ਲੈ ਜਿਨ੍ਹਾਂ ਨੇ ਆਪਣੀ ਗਿਣਤੀ ਦੇ ਮੁਤਾਬਕ ਆਪਣੇ ਭਾਰਤ ਵਿੱਚ ਹੱਕ ਲੈ ਲੈ ਪਰ ਬ੍ਰਾਹਮਣ 52% ਲੋਕਾਂ ਦਾ ਸਹਾਰਾ ਲੈ ਕੇ ਦਲਤਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਤੇ 22.5% ਵਿੱਚੋਂ ਉਹਨਾਂ ਨੂੰ 12-13% ਰਿਜ਼ਰਵੇਸ਼ਨ ਮਿਲਦੀ ਆ ਤੇ ਉਹ ਜਿਹੜੀ 12 13% ਮਿਲਦੀ ਆ ਉਹ ਦੇਖ ਲਾਵੇ ਬਾਮ ਸ਼ੇਫ ਖੜੀ ਕਰਕੇ ਅੱਜ ਆਰਐਸਐਸ ਦੇ ਅਗੇਂਸਟ ਉਹ ਉਹਨਾਂ ਨੂੰ ਹਿੰਦੂ ਰਾਸ਼ਟਰ ਬਣਾਉਣ ਤੋਂ ਰੋਕ ਰਿਹਾ ਆ ਭੀਮ ਆਰਮੀ ਭੀਮ ਸੈਨਾ ਤੇ ਬੀਐਸਪੀ ਤੇ ਹੋਰ ਬੀਐਮਪੀ ਪੀਪਲ ਪਾਰਟੀਆਂ ਆਫ ਇੰਡੀਆ ਕਿੰਨੀਆਂ ਰਿਪਬਲਿਕਨ ਆਫ ਇੰਡੀਆ ਕਿੰਨੀਆਂ ਪਾਰਟੀਆਂ ਜਿਹੜੀਆਂ ਦਲਤਾਨੀਆਂ ਬਣ ਚੁੱਕੀਆਂ ਕਿ ਜਿਹੜੀਆਂ ਇਹ ਬ੍ਰਾਹਮਣ ਦੇ ਅਗੇਂਸਟ ਉਹਨੂੰ ਹਿੰਦੂ ਰਾਸ਼ਟਰ ਬਣਾਉਣ ਤੋਂ ਰੋਕ ਰਹੀਆਂ ਇਹ ਦਲਤਾਂ ਦੀ ਬਹਾਦਰੀ ਆ ਹੁਣ ਜਿਹੜਾ 52% ਲਾਣਾ ਆ ਜਿਹੜੀਆਂ 3743 ਜਾਤਾਂ ਜਿਹੜੀਆਂ ਉੱਚੀਆਂ ਜਾਤਾਂ ਦੇ ਕਹੋਂਦੇ ਆਪਣੇ ਆਪ ਨੂੰ ਇਹਨਾਂ ਦੀ ਭਾਸ਼ਾ ਵੀ ਲੱਗ ਲੱਗੇ ਉਹਨਾਂ ਦੀ ਕੋਈ ਵੀ ਨੈਸ਼ਨਲ ਪਾਰਟੀ ਨਹੀਂ ਹੈਗੀ ਇਹ ਜਾਤਾਂ ਕਾਂਗਰਸ ਵਿੱਚ ਬੈਠ ਕੇ ਗੁਲਾਮੀ ਕਰਕੇ ਬ੍ਰਾਹਮਣਾ ਦੀ ਤਾਂ ਇਹ ਰੋਟੀ ਪਾਣੀ ਖਾਂਦੇ ਨੇ ਜਾਂ ਭਾਜਪਾ ਵਿੱਚ ਜਾ ਕੇ ਜਿੱਦਾਂ ਸ਼੍ਰੋਮਣੀ ਕਾਲੇ ਦਲ ਬਾਦਲ ਆਪਣੇ ਲੋਕਾਂ ਨੂੰ ਮੁਰਾਈ ਜਾਂਦਾ ਆਪਣੇ ਲੋਕਾਂ ਨੂੰ ਮਾਰ ਕੇ ਆਪਣੇ ਲੋਕਾਂ ਦੇ ਹੱਕਾਂ ਤੇ ਡਾਕਾ ਪਾ ਕੇ ਭਾਜਪਾ ਨੂੰ ਸੈਂਟਰ ਚ ਬਹਾਲ ਆ ਇਦਾਂ ਕਾਂਗਰਸ ਵਿੱਚ ਕੈਪਟਨ ਵਰਗੇ ਬੈਠੇ ਆ ਪਟੇਲ ਸ਼ਾਹ ਬੈਠੇ ਆ ਭਾਜਪੀ ਵਿੱਚ ਪਟੇਲ ਸ਼ਾਹ ਬੈਠੇ ਆ ਇਹ ਜਿਹੜਾ 52% ਲਾਣਾ ਆ ਇਹ ਆਪਣੇ ਲੋਕਾਂ ਨੂੰ ਮਰਵਾ ਰਿਆ ਤੇ ਬ੍ਰਾਹਮਣ ਨੂੰ ਕਹਿੰਦਾ ਤੂੰ ਰਾਜ ਕਰ ਅਸੀਂ ਆਪਣੇ ਲੋਕਾਂ ਨੂੰ ਕੰਟਰੋਲ ਕਰਾਂਗੇ ਇਹ 52% ਲੋਕ ਆਪਣੇ ਲੋਕਾਂ ਨਾਲ ਗਦਾਰੀ ਕਰ ਰਿਹਾ ਹੁਣ ਤੁਸੀਂ ਦੇਖ ਲਓ ਬਾਦਲ ਤੇ ਇਲਜ਼ਾਮ ਲੱਗ ਰਿਹਾ ਆ ਵੀ ਇਹਨੇ ਗੁਰੂਗ੍ਰਾਂਡ ਸਰਦੀ ਬਿਆਦਰੀ ਕਰਾਈ ਤੇ ਕਾਂਗਰਸ ਵਾਲਾਂ ਤੇ ਇਲਜ਼ਾਮ ਲੱਗ ਰਿਹਾ ਉਹਨੂੰ 84 ਕਰਾਇਆ ਤੇ ਬੀਜੇਪੀ ਨੇ ਲੱड्डੂ ਬੰਡੇ ਤੇ ਇਹਨਾਂ ਦਾ ਸਮਝੌਤਾ ਵੀ ਜਿਹੜਾ 52% ਲੋਕਾਂ ਦਾ ਕਾਂਗਰਸ ਤੇ ਬੀਜੇਪੀ ਜਾਂ ਆਮ ਰੇਟਾਂ ਦੇ ਨਾਲ ਤੇ ਇਹ ਦਲਤਾਂ ਦੇ ਨਾਲ ਇਹਨਾਂ ਦੇ ਦਿਮਾਗ 'ਚ ਨਹੀਂ ਆਉਂਦੀ ਕਿ ਦਲਤ ਉਹਨਾਂ ਦੇ ਅਸਲੀ ਭਰਾ ਆ ਦਲਤ ਉਹ ਲੋਕ ਨੇ ਜਿਹੜੇ ਅੱਜ ਤੱਕ ਜੰਗਾਂ ਲੜਦੇ ਆਉਂਦੇ ਬ੍ਰਾਹਮਣ ਇਹਨਾਂ ਨੂੰ ਇਹ ਨਹੀਂ ਵੀ ਆਮ ਆਦਮੀ ਪਾਰਟੀ ਲੈ ਲਓ ਹੁਣ ਕੇਜਰੀ ਵਾਲੇ ਸ਼ੁਰੂ ਕੀਤੇ ਉਹਦੇ ਵਿੱਚ ਵੀ ਐਡਿਟ ਟਾਪ ਤੇ ਬ੍ਰਾਹਮਣ ਇਵਨ ਕੇ ਆਮ ਆਦਮੀ ਪਾਰਟੀ ਵਾਲੇ ਨੇ ਤਾਂ ਸਿੱਖਾਂ ਦਾ ਕੋਈ ਲੀਡਰ ਵੀ ਨਹੀਂ ਬਣਾਇਆ ਜਦੋਂ ਕਿ ਸਿੱਖ ਚਾਰ ਜਿੱਤ ਕੇ ਗਏ ਪੰਜਾਬ ਦੇ ਵਿੱਚੋਂ ਤੇ ਉਹਨਾਂ ਨੇ ਪੈਸਾ ਕਰੋੜਾਂ ਰੁਪਈਆ ਦੇਤਾ ਪਰ ਫੇਰ ਵੀ ਆਮ ਆਦਮੀ ਪਾਰਟੀ ਨੇ ਉਹਨਾਂ ਦਾ ਕੋਈ ਦੁਆ ਨਹੀਂ ਬਣਾਇਆ ਮੰਤਰੀ ਨਹੀਂ ਬਣਾਇਆ ਤੇ ਹੁਣ ਖੈਰੇ ਦੇ ਵੀ ਖਿਲਾਫ ਹੋਏ ਹੋ ਕਿਉਂਕਿ ਖੈਰਾ ਕਾਮਯਾਬ ਨੇਤਾ ਹੈ ਇਮਾਨਦਾਰ ਹੈ ਉਹ ਸਿੱਖਾਂ ਨੂੰ ਵੀ ਜੋੜ ਸਕਦਾ ਹੋਰ ਸਾਰਿਆਂ ਨੂੰ ਦਲ ਤਨ ਨੂੰ ਸਾਰਿਆਂ ਨੂੰ ਜੋੜ ਸਕਦਾ ਬੰਦਾ ਤੇ ਪਰ ਉਹ ਆਮ ਆਦਮੀ ਪਾਰਟੀ ਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਆਰਐਸਐਸ ਨੂੰ ਚੰਗਾ ਨਹੀਂ ਲੱਗਦਾ ਜਿਹੜਾ ਪੰਜਾਬ ਦੇ ਲੋਕਾਂ ਦੇ 52% ਲੋਕਾਂ ਦੇ ਵੀ ਗੱਲ ਕਰੇ ਤੇ ਦਲਤਾਂ ਦੇ ਵੀ ਗੱਲ ਕਰੇ ਇਹਨਾਂ ਨੂੰ ਇਕੱਠੇ ਕਰਨ ਦੀ ਗੱਲ ਕਰੇ ਉਹ ਲੋਕ ਆਰਐਸਐਸ ਨੂੰ ਤੇ ਆਰਐਸਐਸ ਦੀਆਂ ਪਾਰਟੀਆਂ ਨੂੰ ਨਹੀਂ ਚੰਗੇ ਲੱਗਦੇ ਤੇ ਇਸ ਕਰਕੇ ਉਹ ਖੈਰੇ ਦੀ ਵੀ ਖਿਲਾਫ ਨੇ ਤੇ ਬਾਦਲ ਉਹਨਾਂ ਨੂੰ ਚੰਗਾ ਲੱਗਦਾ ਕੈਪਟਨ ਚੰਗਾ ਲੱਗਦਾ ਕਿਉਂਕਿ ਆਪਣੇ ਹੀ ਲੋਕਾਂ ਨੂੰ ਦਬਾ ਕੇ ਇਹ ਰਾਜ ਕਰਦੇ ਆ ਤੇ ਦਲਤਾਂ ਦੇ ਲੀਡਰ ਉਹਨਾਂ ਨੂੰ ਉਹ ਚੰਗਾ ਲੱਗਣਾ ਜਿਹੜਾ ਉਹਨਾਂ ਦੀ ਰਿਜ਼ਰਵੇਸ਼ਨ ਦੇ ਖਿਲਾਫ ਕੰਮ ਕਰੇ ਹੁਣ ਦਲਤਾਂ ਦੇ ਵਿੱਚੋਂ ਜਿਹੜੇ ਐਮਐਲਏ ਵਗੈਰਾ ਲਾਇਓ ਆ ਉਹ ਚੁੱਪ ਕਰਕੇ ਬੈਠੇ ਆ ਘੂਏ ਬਣ ਕੇ ਬੀਜੇਪੀ ਵਿੱਚ ਤੇ ਕਾਂਗਰਸ ਵਿੱਚ ਉਹ ਗੱਲੇ ਨਹੀਂ ਕਰਦੇ ਤੇ ਬੇਸਿਕਲੀ ਇਹੀ ਗਧਾਰ ਲੋਕ ਨੇ ਜਿਹੜੇ ਕਾਂਗਰਸ ਵਿੱਚ ਬੈਠੇ ਨੇ ਬੀਜੇਪੀ ਵਿੱਚ ਬੈਠੇ ਨੇ ਜਿਹੜੇ 52% ਲੋਕਾਂ ਦੇ ਵੀ ਹੱਕ ਦੇ ਵਿੱਚ ਨਹੀਂ ਜਿਹੜੇ ਦਲਤਾਂ ਦੇ ਜਿਹੜੇ ਰਿਜ਼ਰਵੇਸ਼ਨ ਦੇ ਹੱਕ ਵਿੱਚ ਨਹੀਂ ਜਿਹੜੇ ਮੰਡਲ ਕਮਿਸ਼ਨ ਦੇ ਹੱਕ ਵਿੱਚ ਨਹੀਂ ਉਹ ਲੋਕ ਗਧਾਰ ਨੇ ਹੁਣ ਕੇਜਰੀਵਾਲਾ ਮੰਡਲ ਕਮਿਸ਼ਨ ਦੇ ਖਿਲਾਫ ਆ ਉਹ ਕਹਿੰਦਾ ਮੰਡਲ ਕਮਿਸ਼ਨ ਨਹੀਂ ਚਾਹੀਦਾ ਹੁਣ ਮੰਡਲ ਕਮਿਸ਼ਨ ਭਾਰ ਦੇ 85% ਲੋਕਾਂ ਨੂੰ ਹਿੱਸੇਦਾਰੀ ਦਿੰਦਾ 52% ਵੀ ਜੌਬ ਕਰਦੇ ਆ ਤੇ ਦਲਿਤ ਵੀ ਜੌਬ ਕਰਦੇ ਆ ਤੇ ਬ੍ਰਾਹਮਣ ਬਾਣੀਆਂ ਦੀ ਗਿਣਤੀ ਘੱਟ ਰਹਿ ਜਾਂਦੀ ਆ ਜੌਬਾਂ ਦੇ ਵਿੱਚ ਤੇ ਉਹ ਉਹਦੇ ਖਿਲਾਫ ਨੇ ਪਰ ਜਿੰ ਜੀ ਸਰ ਜੀ ਵਿਚੇ ਫੋਨ ਆ ਗਿਆ ਸੀ ਜਿਹੜਾ 52% ਆ ਜਬ 52 ਫੋਨ ਆ ਜਾਂਦਾ ਬਾਕੀ ਜਿਹੜੇ 52% ਲੋਕਾਂ ਦੇ ਲੀਡਰ ਨੇ ਚਾਹ ਕੈਪਟਨ ਲੈਲਾ ਜਾਂ ਬਾਦਲ ਲੈਲਾ ਜਾਂ ਪਟੇਲ ਸ਼ਾਹ ਜਿੰਨੇ ਵੀ ਲਾਰਾ ਜਾਂ ਜਾਦਵ ਲਾਲੋ ਇਹ ਜਿਹੜਾ ਮੰਡਲ ਕਮਿਸ਼ਨ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਨੀ ਤੇ ਨਾ ਮੰਡਲ ਕਮਿਸ਼ਨ ਬਾਰੇ ਇਹਨਾਂ ਨੇ ਆਪਣੇ ਲੋਕਾਂ ਨੂੰ ਦੱਸਣਾ ਕਿਉਂਕਿ ਉਹਦੇ ਵਿੱਚ ਪੂਰਨ ਆਜ਼ਾਦੀ ਆ ਤੇ ਆਰਐਸਐਸ ਦਾ ਪੂਰਾ ਕੰਟਰੋਲ ਆ ਏਜੰਸੀਆਂ ਦਾ ਪੂਰਾ ਕੰਟਰੋਲ ਆ ਕਿ ਤੁਸੀਂ ਇਹਨਾਂ ਲੋਕਾਂ ਨੂੰ ਮੰਡਲ ਕਮਿਸ਼ਨ ਬਾਰੇ ਜਾਗਰਤ ਨਾ ਕਰੋ ਰੌਲਾ ਪਾਈ ਚਲੋ ਤੁਹਾਡੇ ਕਾਰਜੇ ਮਾਫ਼ ਕਰਾਵਾਂਗੇ ਰੌਲਾ ਪਾਈ ਚਲੋ ਅਸੀਂ ਆਹ ਕਰ ਦਵਾਂਗੇ ਆਹ ਕਰ ਦਵਾਂਗੇ ਤੇ ਕੁਝ ਲੋਕਾਂ ਨੂੰ ਆਟੇ ਦਾਲ ਦੀ ਸਕੀਮ ਅਗਰ ਲਾਇਆ ਜਦੋਂ ਕਿ ਭਾਈ ਸਾਹਿਬ ਸਾਰੀ ਦੁਨੀਆ ਦੇ ਵਿੱਚ ਜਿਹੜਾ ਰਾਜ ਭਾਗਵਾ ਉਹ ਸ਼ੁਰੂ ਇੱਥੋਂ ਹੁੰਦਾ ਕਿ ਜਿਹਦੇ ਕੋਲ ਰੋਟੀ ਨਹੀਂ ਉਹਨੂੰ ਰੋਟੀ ਸਰਕਾਰ ਦਊਗੀ ਜਿਹਦੇ ਕੋਲ ਕੱਪੜਾ ਨਹੀਂ ਉਹਨੂੰ ਕੱਪੜਾ ਦਊਗੀ ਜਿਹ ਕੋ ਮਕਾਨ ਨਹੀਂ ਉਹਨੂੰ ਮਕਾਨ ਦਊਗੀ ਇਹ ਕਾਨੂੰਨ ਹੈ ਪਰ ਇੰਡੀਆ ਦੇ ਵਿੱਚ ਉਦਾਂ ਹੀ ਜਿਹਾ ਬਾਦਲ ਨੇ ਰੋਟੀ ਦਾਲ ਕਰਤਾ ਇਹ ਸਿਰਫ ਨੰਬਰ ਬਣਾਉਣ ਦੇ ਲਈ ਇਹਨਾਂ ਲੋਕਾਂ ਨੂੰ ਬੁਰਕੀ ਪਾ ਕੇ ਰਾਜ ਭਾਗ ਕੰਮ ਕਰਨ ਦੇ ਲਈ ਇਹ ਕੰਮ ਕਰਦੇ ਨੇ ਤੇ ਮਿੰਡਲ ਕਮਿਸ਼ਨ ਜਦੋਂ ਮੈਂ ਦੱਸਿਆ 52% ਲੋਕਾਂ ਦਾ ਹੱਕ ਹੈ ਕਮਿੰਡਲ ਕਮਿਸ਼ਨ ਵਿੱਚ ਉਹਦੀ ਗੱਲ ਨਹੀਂ ਕਰਨ ਕਿਸੇ ਨੇ ਵੀ ਉਹਦੀ ਗੱਲ ਨਹੀਂ ਕਰਨੀ ਲੋਕਾਂ ਨੂੰ ਜਾਗਰਤਨ ਕਰਨਾ ਰਿਜ਼ਰਵੇਸ਼ਨ ਦੇ ਖਿਲਾਫ 52% ਲੋਕਾਂ ਨੂੰ ਹੜਾ ਕਰ ਦੇਣਾ ਵੀ ਰਿਜ਼ਰਵੇਸ਼ਨ ਜਿਹੜੀ ਆ ਦੇਖੋ ਜੀ ਤਾਂ ਭੀਖਾ ਹੁਣ ਤੁਸੀਂ ਦੇਖ ਲਓ ਆਮ ਲੋਕ ਕੀ ਕਹਿੰਦੇ ਤਾਂ ਭੀਖਾ ਉਹਨਾਂ ਨੂੰ ਪਤਾ ਨਹੀਂ ਵੀ ਗਿਣਤੀ ਕਰਾ ਕੇ ਇਹ ਹਿੱਸੇਦਾਰੀ ਆ ਤੇ ਇਹ ਜਿਹੜਾ ਮਟੈਰਲਿਟੀ ਆ ਬ੍ਰਾਹਮਣ ਨੇ ਪਾ ਦਿੱਤੇ ਦਲਤ ਤੇ ਨੌਨ ਦਲਤ ਦੀ ਉੱਚੀਆਂ ਜਾਤੀਆਂ ਤੇ ਨੀਵੀਆਂ ਜੱਤਾਂ ਦੀ ਇਹ ਜਿਹੜਾ ਬ੍ਰਾਹਮਣ ਏਸ਼ੀ ਤੇ ਬੇਸ ਹੈ ਅੱਗੇ ਗਾਹਾਂ ਨੂੰ 6743 ਜਾਤਾਂ ਵਿੱਚ ਵੀ ਵੰਡਦਾ ਤੇ ਇਹ ਮਟੈਲਿਟੀ ਸਾਡੇ ਦਿਮਾਗ ਵਿੱਚ ਫਿੱਟ ਹੋ ਚੁੱਕੀ ਆ ਚਾਹੇ ਉਹ ਸਿੱਖ ਹੋਾ ਚਾਹੇ ਮੁਸਲਮਾਨ ਹੈ ਚਾਹੇ ਇਸਾਈਆ ਚਾਹੇ ਬੁੱਧੀਆਂ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਉਹਦੇ ਵਿੱਚ ਇਹ ਮਟੈਲਿਟੀ ਹੈਗੀ ਆ ਜਿਹੜੇ ਲੋਕ ਆਪਣੇ ਧਰਮਾਂ ਦੇ ਵਫਾਦਾਰ ਨਹੀਂ ਹੈਗੇ ਜਿਹੜੇ ਲੋਕ ਪੂਜਰੀਸ ਧਰਮਾਂ ਉਹਦੇ ਸਿਧਾਂਤ ਨੂੰ ਆਪਣੇ ਦਿਮਾਗ ਵਿੱਚ ਨਹੀਂ ਰੱਖਦੇ ਤੁਸੀਂ ਦੇਖੋ ਵੀ ਉਹਨਾਂ ਧਰਮਾਂ ਦੀ ਗਿਣਤੀ ਜਿਹੜੀ ਆ ਉਹ ਵੱਧ ਫਲ ਨਹੀਂ ਰਹੀ ਉਹਨਾਂ ਧਰਮਾਂ ਦੀ ਗਿਣਤੀ ਵੱਧ ਫੁੱਲ ਨਹੀਂ ਰਹੀ ਜਿਹੜੇ ਧਰਮਾਂ ਦੇ ਵਿੱਚ ਲੋਕ ਜਾਤ ਪਾਤ ਲੈ ਕੇ ਬੈਠੇ ਆ ਉੱਚ ਨੀਚ ਲੈ ਕੇ ਬੈਠੇ ਆ ਔਰ ਜਿਹੜੇ ਲੋਕ ਇਮੋਰਟਲਿਟੀ ਲਈ ਬੈਠੇ ਆ ਉਹ ਨਫਰਤ ਵਿੱਚ ਜਿਉਂਦੇ ਆ ਤੇ ਧਰਮ ਉਹਨਾਂ ਦੇ ਘਟੀ ਜਾਂਦੇ ਆ ਇੱਕ ਦਿਨ ਉਹਨਾਂ ਲੋਕਾਂ ਨੇ ਧਰਮ ਖਤਮ ਕਰ ਦੇਣਾ ਮੈਂ ਤੁਹਾਨੂੰ ਕੁਝ ਐਗਜ਼ਾਮਪਲਾਂ ਦਿੰਨਾ ਹੁਣ ਕੈਨੇਡਾ ਦੇ ਵਿੱਚ ਜਿਹੜੇ ਸਟੂਡੈਂਟ ਆਉਂਦੇ ਆ ਉਹ ਜਿਹੜੇ ਸਟੂਡੈਂਟ ਆਂਦੇ ਆ ਉਹ ਖਾਂਦੇ ਪੀਂਦੇ ਘਰਾਂ ਦੇ ਵਿੱਚੋਂ ਆ ਤੇ ਕੋਈ ਜ਼ਮੀਨਾ ਗਣ ਕੇ ਰੱਖਿਆ ਆ ਜਾਂ ਕਿੱਦਾਂ ਵੀ ਆਇਆ ਪਰ ਉਹ ਮੋਸਟਲੀ OBC ਵਿੱਚੋਂ ਆ ਜਾਨਕਿ ਉੱਚੀਆਂ ਜਾਤਾਂ ਦੇ ਸ਼ੂਦਰਾਂ ਚੋਂ ਰਖਲਾ ਨਾ ਹੁਣ ਜਿਹੜੇ ਕੈਨੇਡਾ ਦੇ ਵਿੱਚ ਪਹਿਲਾਂ ਗਏ ਉਹ ਉੱਚੀਆਂ ਜਾਤਾਂ ਦੇ ਸ਼ੂਦਰ ਉਹੀ ਉਹਨਾਂ ਨੂੰ ਝੱਲਦੇ ਨਹੀਂ ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਮੈਂਟੈਲਿਟੀ ਆ ਕਿ ਅਸੀਂ ਕੈਨੇਡਾ ਵਿੱਚ ਪਹਿਲਾਂ ਦੇ ਆਏ ਹਾਂ ਹਨਾ ਇਹ ਨਵੇਂ ਆਈ ਜਾਂਦੇ ਆ ਕਿਉਂਕਿ ਹੁਣ ਤੁਸੀਂ ਦੇਖੋ ਵੀ ਕੈਨੇਡਾ ਅਮਰੀਕਾ ਚੋਂ ਜਾ ਕੇ ਲੋਕੀ ਤਕੜੇ ਤਕੜੇ ਵਿਆਹ ਕਰਦੇ ਦਾਜ ਲੈਂਦੇ ਆ ਪਰ ਹੁਣ ਕੈਨੇਡਾ ਨੇ ਖੋਲ ਦਿੱਤਾ ਵੀ ਆਈ ਚਲੋ ਜਿੰਨੇ ਆਉਂਦੇ ਆ ਤੇ ਜਿਹੜੇ ਲੋਕ ਪਹਿਲਾਂ ਦੇ ਆਏ ਉਹ ਉਹਨਾਂ ਨੇ ਖਾਰ ਖਾਂਦੇ ਆ ਇਹ ਇੱਕ ਮੈਟੈਲਿਟੀ ਆ ਉੱਚ-ਨੀਚ ਦੀ ਤੇ ਅਸੀਂ ਮੈਟੈਲਿਟੀ ਤੋਂ ਬਿਨਾ ਜੀਉ ਨਹੀਂ ਸਕਦੇ ਇੱਕ ਮੈਂ ਐਗਜ਼ਾਮਪਲ ਹੋਰ ਦਿੰਨਾ ਹੁਣ ਤਾਂ ਉਬਰ ਆ ਗਈ ਟੈਕਸੀਆਂ ਦੀਆਂ ਕੀਮਤਾਂ ਘਟ ਗਈਆਂ ਜਦੋਂ ਟੈਕਸੀਆਂ ਦੀਆਂ ਕੀਮਤਾਂ ਚੰਗੀਆਂ ਸੀ ਜਿਹੜੇ ਟੈਕਸੀਆਂ ਦੇ ਮਾਲਕ ਹੁੰਦੇ ਸੀ ਉਹ ਡਰਾਈਵਰਾਂ ਨੂੰ ਇੱਕ ਸੀਰੀ ਸਮਝਦੇ ਹੁੰਦੇ ਸੀ ਇੱਕ ਨੀਚ ਸਮਝਦੇ ਹੁੰਦੇ ਸੀ ਜਦੋਂ ਕਿ ਆਪ ਵੀ ਉਹ ਟੈਕਸੀ ਚਲਾਉਂਦਾ ਸੀ ਪਰ ਡਰਾਈਵਰ ਦੇ ਪ੍ਰਾਈਵੇਟ ਗੱਡੀ ਦੀ ਗੈਸ ਵੀ ਉਹਨੇ ਵਰਤਣੀ ਤੇ ਉਹਨੂੰ ਨੀਚ ਸਾਹਮਣਾ ਗੱਡੀ ਨਹੀਂ ਸਾਫ ਕੀਤੀ ਜਿਹਨ ਕੀਤਾ ਇਹ ਇੱਕ ਉੱਚ ਨੀਚ ਦੀ ਮੈਟੈਲਟੀ ਹੈ ਇਹਨਾਂ ਦੇ ਲੋਕਾਂ ਦੇ ਵਿੱਚ ਜੋ ਇਹ ਧਰਮ ਵਿੱਚ ਵੀ ਲੈ ਕੇ ਆਏ ਆ ਜਿਸ ਕਰਕੇ ਧਰਮ ਦੀ ਵੱਧ ਫੁੱਲ ਰਹੇ ਤੇ ਉੱਚ ਨੀਚ ਦੀ ਮੈਟੈਲਟੀ ਇਹਨਾਂ ਨੂੰ ਵੀ ਖਤਮ ਕਰ ਰਹੀ ਆ ਇਹਨਾਂ ਨੂੰ ਆਪਣੇ ਆਪ ਨੂੰ ਵੀ ਖਤਮ ਕਰ ਰਹੀ ਆ ਧਰਮ ਦੇ ਨਾਂ ਤੇ ਲੋਕੀ ਪਖੰਡ ਕਰਦੇ ਨੇ ਜਿਹੜੇ ਧਰਮ ਜਾਤ ਪਾਤ ਖਤਮ ਕਰਨ ਦੇ ਲਈ ਆਏ ਉਹੀ ਧਰਮ ਅੱਜ ਜਾਤ ਪਾਤ ਕੈਰੀ ਕਰਕੇ ਆਪਣੇ ਆਪ ਨੂੰ ਵੱਡੇ ਧਰਮ ਦੇ ਠੇਕੇਦਾਰ ਕਹਿੰਦੇ ਨੇ ਇਦਾਂ ਹੀ ਭਾਰ ਦੇ ਜਿਹੜੇ 85% ਲੋਕ ਜਿਨ੍ਹਾਂ ਨੂੰ ਬ੍ਰਾਹਮਣ ਉੱਚੀਆਂ ਤੇ ਨੀਵੀਆਂ ਜਾਤਾਂ ਦੇ ਕਹਿੰਦਾ ਜਿਨ੍ਹਾਂ ਨੂੰ ਬ੍ਰਾਹਮਣ ਸ਼ੂਦਰ ਕਹਿੰਦਾ ਨਾ ਅੰਟ ਅੱਛੇ ਵਾਲ ਕਹਿੰਦਾ ਉਹਨਾਂ ਦੇ ਵਿੱਚੋਂ ਜਿਹੜੇ ਉੱਠੇ ਲੀਡਰ ਗੁਲਾਮੀ ਦੀ ਮੈਂਟੈਲਿਟੀ ਵਾਲੇ ਲੋਕ ਉਹ ਲੋਕ ਜਿਹੜੇ ਆ ਬ੍ਰਾਹਮਣਾਂ ਦੇ ਵਿੱਚ ਵੜ ਕੇ ਆਪਣੇ ਲੋਕਾਂ ਨੂੰ ਕੰਟਰੋਲ ਕਰਨ ਦੇ ਲਈ ਬ੍ਰਾਹਮਣ ਲਈ ਕੰਮ ਕਰ ਰਹੇ ਨੇ ਆਪਣੇ ਲੋਕਾਂ ਦੇ ਅਗੇਂਸਟ ਬ੍ਰਾਹਮਣ ਲਈ ਕੰਮ ਕਰ ਰਹੇ ਨੇ ਚਾਹੇ ਉਹ ਦਲਤਾਂ ਵਿੱਚੋਂ ਹੋਣ ਚਾਹੇ ਨੌਨ ਦਲਤਾਂ ਵਿੱਚੋਂ ਹੋਣ ਮੇਰੇ ਵੀਰੋ ਇੱਕ ਮਟੈਲਿਟੀ ਹੈ ਉੱਚ-ਨੀਚ ਦੀ ਉੱਚ-ਨੀਚ ਦੀ ਮਟੈਲਿਟੀ ਆ ਜਿੱਦਾਂ ਦੱਸਿਆ 3.5% ਬ੍ਰਾਹਮਣ ਨੇ ਭਾਜਪੀ ਤੇ ਵੀ ਕੰਟਰੋਲ ਕੀਤਾ ਕਾਂਗਰਸ ਤੇ ਵੀ ਕੰਟਰੋਲ ਕੀਤਾ ਕਾਮਰੈਡ ਪਾਰਟੀਆਂ ਤੇ ਵੀ ਕੰਟਰੋਲ ਕੀਤਾ ਪਰ ਉਹਨਾਂ ਨੂੰ ਕਦੇ ਵੀ ਬ੍ਰਾਹਮਣ ਪਾਰਟੀਆਂ ਨਹੀਂ ਕਹੂਗਾ ਉਹਨਾਂ ਨੂੰ ਕਹਿੰਦੇ ਆ ਨੈਸ਼ਨਲ ਪਾਰਟੀਆਂ ਹੁਣ ਤੁਸੀਂ ਦੇਖੋ ਸ਼੍ਰੋਮਣੀ ਕਾਲੇ ਦਲ ਬਾਦਲ ਹੈ ਸਿੱਖਾਂ ਦੀ ਇਹਨੂੰ ਪਾਰਟੀ ਕਹਿੰਦੇ ਆ ਸ਼੍ਰੋਮਣੀ ਕਾਲੇ ਦਲ ਮਾਨ ਹੈ ਉਹਨੂੰ ਵੀ ਸਿੱਖਾਂ ਦੀ ਪਾਰਟੀ ਕਹਿੰਦੇ ਆ ਪਰ ਉਹ ਨੈਸ਼ਨਲ ਪਾਰਟੀਆਂ ਕਿਉਂ ਨਹੀਂ ਹੋ ਸਕਦੀਆਂ ਇਹ ਲੋਕ ਤਾਂ ਭਾਰ ਦੇ 85% ਲੋਕਾਂ ਦੇ ਜਿਹੜੇ ਲੋਕ ਨੇ ਉਹ ਨੇ ਜਿਹੜੇ ਭਾਰ ਦੇ 85% ਲੋਕ ਨੇ ਇਹੋਨਾਂ ਚੋਂ ਨੇ ਇਹ ਨੈਸ਼ਨਲ ਪਾਰਟੀ ਕਿਉਂ ਨਹੀਂ ਹੋ ਸਕਦੀ ਸ਼੍ਰੋਮਣੀ ਕਾਲੇ ਦਲ ਮਾਨ ਆਮ ਆਦਮੀ ਪਾਰਟੀ ਕਿਉਂ ਨੈਸ਼ਨਲ ਹੋ ਕਿਉਂਕਿ ਉਹਦਾ ਭਾਨ ਬਾਨੀਆਂ ਪ੍ਰਧਾਨ ਹੈ ਉਹਨੂੰ ਮੀਡੀਆ ਨੇ ਚੱਕ ਲਿਆ ਇਹਨਾਂ ਨੂੰ ਮੀਡੀਆ ਨੇ ਚੱਕਣਾ ਨਹੀਂ ਹੈ ਕਾਂਗਰਸ ਨੂੰ ਮੀਡੀਆ ਨੇ ਚੱਕ ਲਿਆ ਬੀਜੇਪੀ ਨੂੰ ਮੀਡੀਆ ਨੇ ਚੱਕ ਲਿਆ ਔਰ ਉਹਨਾਂ ਦੀ ਮਦਦ ਕੌਣ ਕਰ ਰਿਹਾ ਜਿਹੜੀਆਂ ਦਲਤ ਲੋਕ ਤੇ ਨਾਨ ਦਲਤ ਲੋਕ ਸ਼ੂਦਰ ਲੋਕ ਤੇ ਅਨਟੱਚਵਲ ਲੋਕ ਹੁਣ ਬਾਦਲ ਹੋ ਆ ਸ਼ੂਦਰ ਹੈ ਇਹ ਸ਼ੂਦਰ ਲਾਣਾ ਸਾਰਾ 52% ਇਹ ਉਹਦੀ ਮਦਦ ਕਰ ਰਿਹਾ ਵੀ ਤੂੰ ਸੈਂਟਰ ਚ ਰਾਜ ਕਰ ਪੰਜਾਬ ਚ ਰਾਜ ਅਸੀਂ ਕਰਨਾ ਇਦਾਂ ਹੀ ਦਲਤ ਹੈ ਤੇ ਉਹ ਬੀਜੇਪੀ ਵਿੱਚ ਵੀ ਬੈਠੇ ਆ ਕਾਂਗਰਸ ਵਿੱਚ ਵੀ ਬੈਠੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਆਪਣੇ ਲੋਕਾਂ ਦੀਆਂ ਵੋਟਾਂ ਹੀ ਲੈ ਲੈਣੀਆਂ ਜਾਤੀ ਆਧਾਰ ਤੇ ਤੇ ਤੁਸੀਂ ਸੇਂਟਰ ਚ ਬ੍ਰਾਹਮਣਾਂ ਨੂੰ ਕਹਿੰਦੇ ਰਾਜ ਕਰੋ ਅਸੀ ਰਾਜ ਇਹਨਾਂ ਨੂੰ ਆਪਾਂ ਸਮਝਾਵਾਂਗੇ। ਇਹ ਗਦਾਰ ਲੋਕ ਨੇ ਜਿਹੜੇ ਆਪਣੇ ਹੀ ਲੋਕਾਂ ਦੇ ਅਗੇਂਸਟ ਕੰਮ ਕਰਦੇ ਨੇ। ਚਾਹੇ ਉਹ ਕਮਾਂਕਾਰਾਂ ਵਿੱਚ ਹੋਣ ਆਪਣੇ ਆਪ ਨੂੰ ਵੱਡਿਆਂ ਦੇ ਮਾਲਕ ਸਮਝਦੇ ਹੁਣ ਟੈਕਸੀਆਂ ਦੇ ਤੇ ਦੂਜਿਆਂ ਨੂੰ ਉਹ ਸੇਰੀ ਬਣਾ ਕੇ ਰੱਖਦੇ ਆ। ਚਾਹੇ ਉਹ ਪਹਿਲਾਂ ਅਮਰੀਕਾ ਕੈਨੇਡਾ ਵਿੱਚ ਦੇਰ ਦੇ ਆਏ ਹੋਣ ਤੇ ਨਵੇਂ ਆਏ ਨੂੰ ਉਹ ਸੇਰੀ ਸਮਝਦੇ ਆ। ਇੱਕ ਮੈਂਟੈਲਿਟੀ ਆ ਗੁਲਾਮੀ ਦੀ। ਇਹ ਗੁਲਾਮੀ ਦੀ ਮੈਂਟੈਲਿਟੀ ਨੂੰ ਨਾ ਤਾਂ ਧਰਮ ਖਤਮ ਕਰ ਸਕਿਆ। ਹੁਣ ਗੁਰੂ ਸਾਹਿਬਾਨ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ। ਕਿੰਨੀਆਂ ਕੁਰਬਾਨੀਆਂ ਕੀਤੀਆਂ ਸਿੱਖਾਂ ਨੇ ਮੱਝ ਵੀ ਸਿੱਖਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਕਿ ਸੱਚ ਧਰਮ ਵਧੇ ਫੁੱਲੇ ਇਹੇ ਭਾਰਤ ਦੇ ਰਾਜ ਆਵੇ ਬੇਗੂਪਰਾ ਖਾਲਸਾ ਰਾਜ ਪਰ ਇਹਨੂੰ ਜਾਤ ਪਾਤ ਨੇ ਲੈ ਲਿਆ ਬੰਦਾ ਸਿੰਘ ਬਹਾਦਰ ਅਨਟਚੇਬਲ ਸੀ ਉਹਨੂੰ ਜਾਤੀ ਆਧਾਰ ਤੇ ਉਹਨਾਂ ਵਿਤਕਰਾ ਕੀਤਾ ਗਿਆ 5-6 ਮਹੀਨੇ ਘੇਰਾਪੇਰਾ ਕਿਸੇ ਟੱਚੇਬਲ ਸ਼ੂਦਰ ਨੇ ਉਹਦਾ ਸਾਥ ਨਹੀਂ ਦਿੱਤਾ ਕਿਸੇ ਨੂੰ ਬਾਹਰੋਂ ਘੇਰਾ ਨਹੀਂ ਪਾਇਆ ਕਿ 85% ਲੋਕ ਕਿੱਥੇ ਗਏ ਹੋਏ ਸੀ 85% ਲੋਕ ਜਿਹੜੇ ਸੀ ਇਹ ਕਿੱਥੇ ਗਏ ਸੀ ਬੰਦਾ ਸਿੰਘ ਬਹਾਦਰ ਦਾ ਹੀਰਾ ਨਹੀਂ ਢਾਡਾ ਸਕੇ 13 ਜੰਗਾਂ ਜਿੱਤਣ ਵਾਲੇ ਲੋਕ ਮਾਰੇ ਗਏ ਤੇ ਬਾਹਰੋਂ ਕਿਸੇ ਨੇ ਮਦਦ ਨਹੀਂ ਕੀਤੀ ਜ਼ਮੀਨਾਂ ਤੇ ਕਬਜ਼ੇ ਆਏ ਪਰ ਉਹਨਾਂ ਨੇ ਬਾਹਰੋਂ ਮਦਦ ਨਹੀਂ ਕੀਤੀ ਕਿਉਂ ਕਿ ਉਹ ਛੋਟੀ ਜਾਤ ਦਾ ਸੀ ਇਹ ਵਿਤਕਰਾ ਜਿਹੜਾ ਅੱਜ ਤੱਕ ਹੁੰਦਾ ਜਿੰਨਾ ਚਿਰ ਇਹ ਲੋਕ ਇਕੱਠੇ ਨਹੀਂ ਹੁੰਦੇ ਜਿੰਨਾ ਚਿਰ ਇਹ ਲੋਕ ਟੱਚੇਬਲ ਤੇ ਨੌਨ ਟੱਚੇਬਿਲਟੀ ਖਤਮ ਕਰਕੇ ਆਪਣੇ ਆਪ ਨੂੰ ਮੂਲ ਵਾਸੀ ਨਹੀਂ ਕਹਿੰਦੇ ਉਹਨਾਂ ਚ ਇਹ ਲੋਕ ਇਹ ਲਗਾਤਾਰ ਚੱਲਦਾ ਰਹੂਗਾ ਇਹ ਜਾਗਰਤੀ ਦਾ ਜੋ ਅਭਿਆਨ ਹੈ ਇਹ ਲਗਾਤਾਰ ਚੱਲਦਾ ਰਹਿਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਗੁਰੂ ਸਾਹਿਬਾਨ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਸਾਨੂੰ ਆਜ਼ਾਦ ਕਰਾਉਣ ਦੇ ਲਈ ਸਰੀਰ ਨਹੀਂ ਆਜ਼ਾਦ ਦਿਮਾਗ ਵੀ ਆਜ਼ਾਦ ਹੋਣਾ ਚਾਹੀਦਾ ਅਗਰ ਦਿਮਾਗ ਤੁਹਾਡੇ ਜਾਤ ਹੈ ਕਲੀਨ ਸ਼ੇਪ ਬੰਦਾ ਤੁਹਾਨੂੰ ਬੰਦਾ ਨਹੀਂ ਲੱਗਦਾ ਜਾਂ ਕੋਈ ਜਾਤ ਕਿਸੇ ਬੰਦੇ 'ਚੋਂ ਜਿੱਦੀ ਆ ਤਾਂ ਤੁਸੀਂ ਆਪਣੇ ਧਰਮ ਨਾਲ ਗਦਾਰੀ ਕਰ ਰਹੇ ਆਂ ਵੱਡੇ ਗਦਾਰ ਹੋ ਤੁਸੀਂ ਅਗਰ ਧਰਮ ਅਪਣਾ ਕੇ ਜਾਤ ਰੱਖਦੇ ਆ ਤਾਂ ਵੱਡੇ ਗਦਾਰ ਹੋ ਕਿਸੇ ਰੱਬ ਕੋਲ ਨਹੀਂ ਜਾਣਾ ਤੁਸੀਂ ਇੱਥੇ ਕੀੜੇ ਪਾਣੇ ਕੋਈ ਵੀ ਹੋਵੇ ਬੰਦਾ ਪਾਉਂ ਇਸ ਕਰਕੇ ਮੇਰੇ ਵੀਰੋ ਇਹ ਜੋ ਬੀਐਸਪੀ ਨੂੰ ਦਲਤਾਂ ਦੀ ਪਾਰਟੀ ਬਾਬਾ ਸਾਹਿਬ ਮੇਰਗਰ ਨੂੰ ਦਲਤਾਂ ਦਾ ਨੇਤਾ ਕਾਂਚੀਰਾਮ ਨੂੰ ਦਲਤਾਂ ਦਾ ਨੇਤਾ ਇਹ ਗੁਲਾਮੀ ਦੀ ਨਿਸ਼ਾਨੀਆਂ ਕਿ 52% ਲੋਕ ਅਜੇ ਵੀ ਗੁਲਾਮ ਨੇ ਇਹ ਗੁਲਾਮੀ ਦੀ ਨਿਸ਼ਾਨੀਆਂ ਆ ਜਿਹੜੇ ਕਹਿੰਦੇ ਆ ਕਿ ਅਸੀਂ ਉੱਚੀਆਂ ਜਾਤਾਂ ਦੇ ਲੋਕਾਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਪੁਲਿਸਮੈਨ ਉਹ ਟਾਊਟ ਨੂੰ ਕਿਉਂ ਚਾਹਦਾ ਕੱਪ ਉਹਦੇ ਮੂਰੇ ਰੱਖਦਾ ਕਿਉਂਕਿ ਟਾਊਟ ਨੇ ਇਨਫਾਰਮੇਸ਼ਨ ਦੇਣੀ ਹੁੰਦੀ ਆ ਉਹ ਪੁਲਿਸ ਲਈ ਕੰਮ ਕਰਦਾ ਹੁੰਦਾ ਇੱਦਾਂ 52% ਲੋਕ ਜਿਨ੍ਹਾਂ ਨੂੰ ਬ੍ਰਾਹਮਣ ਉੱਚੀਆਂ ਜਾਤਾਂ ਦੇ ਕਹਿੰਦਾ ਬ੍ਰਾਹਮਣ ਨੇ ਇਹਨਾਂ ਨੇ ਕੰਮ ਕੀਤਾ ਅਨਵੇਡਰਜ਼ ਲਈ ਧਾੜਵੀਆਂ ਲਈ ਇਹਨਾਂ ਨੇ ਕੰਮ ਕੀਤਾ ਤੇ ਅੱਜ ਕਰ ਰਹੇ ਆ ਜਿਸ ਕਰਕੇ ਬ੍ਰਾਹਮਣ ਇਹਨਾਂ ਨੂੰ ਉੱਚੀਆਂ ਜਾਤਾਂ ਦੇ ਕਹਿੰਦਾ ਇਹ ਇਸੇ ਸਫਤ ਵਿੱਚ ਆ ਕੇ ਟੜਾ ਟੜ ਕਹਿ ਰਿਹਾ ਹੈ ਦਲਤ ਨੇ ਇਹ ਜਿਆਦਾ ਇਹ ਕਹਿੰਦੇ ਨੇ 52% ਮੈਂ ਬਾਬਾ ਸਾਹਿਬ ਅੰਮੇੜਕਰ ਦਲਤਾਂ ਦਾ ਨੇਤਾ ਕਾਂਚੀਰਮ ਦਲਤਾਂ ਦਾ ਨੇਤਾ ਬੀਐਸ ਦਲਤਾਂ ਦੀ ਪਾਰਟੀ ਜ਼ਿਆਦਾਤਰ 52% ਲੋਕ ਜਿਹੜੇ ਉੱਚੀਆਂ ਜਾਤਾਂ ਦੇ ਸਮਝਦੇ ਉਹ ਕਹਿੰਦੇ ਨੇ ਬ੍ਰਾਹਮਣ ਘੱਟ ਕਹਿੰਦਾ ਬ੍ਰਾਹਮਣ ਦਲਤਾਂ ਤੋਂ ਡਰਦਾ ਪਰ ਜੇ 52% ਲੋਕ ਵਿਚਾਰੇ ਨਾ ਹੋਣ ਤੇ ਆ ਜਿਹੜੇ ਦਲਤਾਂ ਤੋਂ ਅੱਜ ਰਾਜ ਪੈਦਾ ਕਰ ਦੂਗੇ ਇਹਨਾਂ ਨੇ ਬੰਦਾ ਸਿੰਘ ਬਹਾਦਰ ਦਾ ਰਾਜ ਕੀਤਾ ਮਹਾਰਾਜ ਅਨੰਜੀਤ ਸਿੰਘ ਦਾ ਰਾਜ ਪੈਦਾ ਕੀਤਾ ਸ਼ਿਵਾਜੀ ਮਹਾਰਾਟਾ ਦਾ ਰਾਜ ਪੈਦਾ ਕੀਤਾ 500 ਬੰਦਿਆਂ ਨੇ 28000 ਬੰਦਾ ਮਾਰਿਆ ਮੱਝ ਵੀ ਸਿੱਖਾਂ ਨੇ 13 ਜੰਗਾਂ ਜਿੱਤੀਆਂ ਇਹ ਬਹਾਦਰੀਆਂ ਨੇ ਇਹਨਾਂ ਦੇ ਪਰ ਜਿਹੜਾ 52% ਲੋਕ ਨੇ ਇਹ ਰਾਸਤੇ ਵਿੱਚ ਰੋੜਾ ਨੇ ਜੇ ਇਹ ਆਪਣੇ ਆਪ ਨੂੰ ਉੱਚੀਆਂ ਜਾਤਾਂ ਦਾ ਸਮਝ ਕੇ ਬੀਜੇਪੀ ਕਾਂਗਰਸ ਵਿੱਚ ਬੈਠ ਕੇ ਬ੍ਰਾਹਮਣਾਂ ਦੇ ਨਾਮ ਲੈ ਕੇ ਰਾਜ ਨਾ ਕਰਨ ਤਾਂ ਰਾਜ ਜਿਹੜਾ ਭਾਰਤ ਦੇ ਤੁਹਾਡਾ ਹੋਊਗਾ 85% ਲੋਕਾਂ ਦਾ ਰਾਜ ਭਾਰਤ ਦੇ ਗੁਰੂਗ੍ਰਾਂਦ ਸਾਹਿਬ ਦਾ ਹੋਊਗਾ ਬਰਾਬਰਤਾ ਦੀ ਸੋਚ ਵਾਲਿਆਂ ਦਾ ਰਾਜ ਹੋਊਗਾ ਮੁਸਲਮਾਨਾਂ ਦਾ ਸਿੱਖਾਂ ਦਾ ਅਸਾਈਆਂ ਦਾ ਬੋਧੀਆਂ ਦਾ ਜੋ ਬਰਾਬਰਤਾ ਨੂੰ ਸੋਚ ਮੰਨਣ ਵਾਲੇ ਗ੍ਰੰਥ ਨੇ ਉਹਨਾਂ ਦਾ ਰਾਜ ਹੋਊਗਾ ਪਰ ਇਹ ਮੈਟੈਲਿਟੀ ਜਿਹੜੀ ਆ ਉੱਚ-ਨੀਚ ਦੀ ਇਹ ਖਤਮ ਕਰਨੀ ਪੈਣੀ ਆ ਤੇ ਉੱਚ-ਨੀਚ ਦੀ ਜਿਹੜੀ ਮੈਟੈਲਿਟੀ ਆ ਇਹਨੇ ਜੋ ਬੀਐਸਪੀ ਆ ਉਹਨੂੰ ਦਲਤਾਂ ਦੀ ਪਾਰਟੀ ਕਹਿਣ ਲਾਇਆ ਇਸੇ ਮੈਟੈਲਿਟੀ ਨੇ ਬਾਬਾ ਸੰਮਵੇਦ ਨੂੰ ਦਲਤਾਂ ਦਾ ਨੇਤਾ ਬਣਾਇਆ ਇਸੇ ਮੈਟੈਲਿਟੀ ਨੂੰ ਕਾਂਚੀ ਰਾਮ ਪੰਜਾਬ ਵਿੱਚ ਨਿਕਾਮਜਬ ਹੋਇਆ ਕਿਉਂਕਿ ਪੰਜਾਬ ਵਿੱਚ ਜੱਟ ਵਾਸੀ ਪੰਜਾਬ ਵਿੱਚ ਜਾਤੀ ਵਾਸੀ ਪੰਜਾਬ ਚ ਸਿੱਖ ਨਹੀਂ ਸੀ ਜੇ ਸਿੱਖੇ ਜਮ ਹੁੰਦਾ ਤਾਂ ਕਾਂਚੀਰਾਮ ਦੇ ਨਾਲ ਹੋਣਾ ਸੀ ਪਰ ਉਸੇ ਕਾਂਚੀਰਾਮ ਨੇ ਜੂਪੀ ਦੇ ਵਿੱਚ 22% ਜਿੱਥੇ ਦਲਤ ਰਹਿੰਦੇ ਉੱਥੇ ਰਾਜ ਪੈਦਾ ਕਰਤਾ ਤੇ ਪੰਜਾਬ ਵਿੱਚ 35% ਦਲਤ ਰਹਿੰਦੇ ਇੱਥੇ ਰਾਜ ਨਹੀਂ ਪੈਦਾ ਹੋਇਆ ਕਿਉਂਕਿ ਜੇ ਪੰਜਾਬ ਦਾ ਜਿਹੜਾ ਦਲਤ ਹੈ ਉਹ ਵੀ ਪ੍ਰਸ਼ਟਿਆ ਆ ਉਹ ਜਦੋਂ ਰੋਟੀ ਖਾਣ ਲੱਗ ਪੰਦਾ ਨਾ ਉਹ ਵੀ ਗਰੀਬਾਂ ਨੂੰ ਬੰਦੇ ਦੀ ਸਮਝਦਾ ਜਿਹੜੇ ਲੋਕ ਅਫਸਰ ਲੱਗੇ ਕੀ ਕੀਤਾ ਉਹਨਾਂ ਨੇ ਪਿੰਡਾਂ ਲਈ ਨਹੀਂ ਬ੍ਰਾਹਮਣਾਂ ਲਈ ਕੰਮ ਕੀਤਾ ਜਿਹੜੇ ਦਲਤਾਂ ਵਿੱਚੋਂ ਵੀ ਰਿజర్ਵੇਸ਼ਨ ਲੈ ਕੇ ਬਣੇ ਆ ਅਫੀਸਰ ਉਹਨਾਂ ਨੇ ਵੱਡੇ ਤੋਂ ਵੱਡੀ ਕ腐ਸ਼ਨ ਕੀਤੀ ਪੈਸਾ ਆਪਣੇ ਖਾਨ ਖਜ਼ਾਨੇ ਭਰੇ ਉਹਨਾਂ ਨੇ ਦਲਤਾਂ ਲਈ ਕੁਝ ਨਹੀਂ ਕੀਤਾ ਉਹ ਕਾਂਗਰਸ ਤੇ ਬੀਜੇਪੀ ਦੀ ਝੋਲੀ ਪਏ ਦਲਤਾਂ ਵਿੱਚੋਂ ਵੀ ਇਹ ਮਤ ਸੋਚਿਓ ਕਿ ਇਕੱਲਾ ਨੌਨ ਦਲਤਾਂ ਦੇ ਲੋਕ ਬੀਜੇਪੀ ਤੇ ਕਾਂਗਰਸ ਦੀ ਮਦਦ ਕਰਦੇ ਦਲਤਾਂ ਕਹਿੰਦੇ ਆ ਕਾਂਗਰਸ ਸਾਡੀ ਫੇਵਰਟ ਪਾਰਟੀ ਆ ਉਹਨਾਂ ਨੂੰ ਪਤਾ ਹੀ ਨਹੀਂ ਕਿ ਬਾਬਾ ਸਾਹਿਬ ਅੰਬੇਦਕਰ ਨੇ ਕੁਝ ਕੀਤਾ ਪੜੇ ਲਿਖੇ ਲੋਕ ਵੀ ਕਾਂਗਰਸ ਦੇ ਮਗਰ ਪਏ ਹੋ ਜੇ ਇਧਰ ਉੱਚੀਆਂ ਜਾਤਾਂ ਵਾਲੇ ਸ਼ੁੱਧਰ ਬੀਜੇਪੀ ਦੇ ਵਿੱਚ ਉਹਨੂੰ ਮਦਦ ਕਰ ਰਿਹਾ ਹੈ ਸ਼ਰਿਆ ਇਹ ਆ ਤੁਹਾਡੀ ਗਲਾਮਿੰਗ ਇਹ ਆ ਤੁਹਾਡੀ ਮੈਟੈਰਿਟੀ ਇਹਨੂੰ ਚੇਂਜ ਕਰਨ ਦੇ ਲਈ ਗਰਾਉਂਡ ਲੈਵਲ ਤੇ ਕੰਮ ਕਰਨਾ ਪੈਣਾ ਸਪੀਚਾਂ ਦੇਣਾ ਜਿਸ ਤਰ੍ਹਾਂ ਮੈਂ ਦੇ ਰਿਹਾ ਇਦਾਂ ਗੱਲ ਨਹੀਂ ਬਣਨੀ ਕੱਲੀ ਇਹ ਗਰਾਉਂਡ ਤੇ ਲੋਕਾਂ ਨੂੰ ਕੀਡਰ ਲਾ ਕੇ ਸਮਝਾਉਣਾ ਪੈਣਾ ਇਹ ਤਾਂ ਗੱਲ ਬਣਣੀ ਹੈ ਤਾਂ ਤੁਹਾਡਾ ਰਾਜ ਆਉਣਾ ਉਦਾਂ ਤੁਹਾਡਾ ਰਾਜ ਨਹੀਂ ਆਉਣਾ ਲੈਕਚਰ ਕਰ-ਕਰ ਕੇ ਜਾਂ ਕਾਨਫਰੰਸਾਂ ਕਰ-ਕਰ ਕੇ ਤੁਸੀਂ ਤੁਸੀਂ ਅਵੇਅਰ ਮਨਮੂਟਾ ਕਰ ਸਕਦੇ ਆ ਪਰ ਗਰਾਊਂਡ ਲੈਵਲ ਤੇ ਜਿੱਦਾਂ ਆਰਐਸਐਸ ਕਲਾਸਾਂ ਲਾਉਂਦੀ ਆ ਜਿੱਦਾਂ ਰਾਤ ਨੂੰ ਕਲਾਸਾਂ ਲੱਗਦੀਆਂ ਅਸੀਂ ਪਾਠ ਕਰਦੇ ਹੁੰਨੇ ਆ ਗੁਰੂ ਘਰਾਂ ਵਿੱਚ ਜਾ ਕੇ ਤਾਂ ਉਹ 5 ਤੋਂ 7 ਲੋਕਾਂ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਕਲਾਸ ਲਾਉਂਦੇ ਲੋਕਾਂ ਦੀ ਸਾਡੇ ਲੋਕਾਂ ਨੂੰ ਨਾਲ ਜੋੜ ਕੇ ਉਹਨਾਂ ਨੂੰ ਗੁਲਾਮ ਬਣਾਈ ਰੱਖਣ ਦੇ ਲਈ ਕਲਾਸ ਲਾਉਂਦੇ ਆ ਇਦਾਂ ਤੁਹਾਨੂੰ ਕਲਾਸਾਂ ਲਾਉਣੀਆਂ ਪੈਣੀਆਂ ਉਹਨਾਂ ਲੋਕਾਂ ਦੀਆਂ ਉਹਨਾਂ ਨੂੰ ਦੱਸਣਾ ਪੈਣਾ ਤੁਸੀਂ ਦਲਤ ਕਿਉਂ ਆ ਨੌਨ ਦਲਤ ਕਿਉਂ ਆ ਤੁਸੀਂ ਲੱਗ-ਲੱਗ ਜਾਤੀ ਵਵਸਥਾ ਵਿੱਚ ਕਿਉਂ ਆ ਜਾਤਾਂ ਦੇ ਮਤਲਬ ਕੀ ਹੁੰਦੇ ਆ ਤੇ ਗੁਰੂ ਗ੍ਰੰਥ ਸਾਹਿਬ ਕੀ ਆ ਤੇ ਮੁਸਲਮਾਨਾਂ ਨੂੰ ਅਸਾਈਆਂ ਨੂੰ ਬੁੱਧੀਆਂ ਸਾਰਾ ਦੱਸਣਾ ਪੈਣਾ ਤੂੰ 85% ਲਾਣਾ ਆ ਐਡੀ ਵੱਡੀ ਤੁਹਾਡੀ ਗਿਣਤੀ ਆ ਤੁਸੀਂ ਬ੍ਰਾਹਮਣਾਂ ਦੇ ਗੁਲਾਮ ਕਿਉਂ ਆ ਇਹ ਗੱਲਾਂ ਤੁਹਾਨੂੰ ਕਲੀਅਰ ਕਰਨੀਆਂ ਪੈਣੀਆਂ ਨਹੀਂ ਇਹ ਲੈਵਲ ਜਿਹੜੇ ਆ ਬੀਐਸਪੀ ਤੇ ਲੱਗਿਆ ਹੈ ਦਲਤਾਂ ਦੀ ਪਾਰਟੀ ਆ ਇਹ ਨੈਸ਼ਨਲ ਪਾਰਟੀ ਬ੍ਰਾਹਮਣ ਨੂੰ ਬਣਨ ਨਹੀਂ ਦੇਣਾ ਚਾਹੁੰਦਾ ਸਿੱਖਾਂ ਦੀਆਂ ਪਾਰਟੀਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਹੈ ਉਹਨਾਂ ਨੂੰ ਨੈਸ਼ਨਲ ਪਾਰਟੀ ਨਹੀਂ ਬਣਨ ਦੇਣਾ ਚਾਹੁੰਦਾ ਉਹ ਸਿਰਫ ਨੈਸ਼ਨਲ ਪਾਰਟੀਆਂ ਜਿਹੜੀਆਂ ਬ੍ਰਾਹਮਣ ਬਾਣੀਆਂ ਦੇ ਜਿਹੜੇ ਪ੍ਰਧਾਨ ਹੋਗੇ ਜਾਂ ਉਹਨਾਂ ਨੇ ਇਨਵੈਂਸ਼ਨ ਕੀਤੀ ਹੋਊਗਾ ਉਹੀ ਨੈਸ਼ਨਲ ਪਾਰਟੀਆਂ ਕਹਾ ਸਕਦੀਆਂ ਆਮ ਆਦਮੀ ਪਾਰਟੀ ਬੀਜੇਪੀ ਕਾਂਗਰਸ ਇਹ ਨੈਸ਼ਨਲ ਪਾਰਟੀਆਂ ਜਿੰਨੇ ਬ੍ਰਾਹਮਣ ਜਿਹਨਾਂ ਦੇ ਪ੍ਰਧਾਨ ਨੇ ਉਹੀ ਬਣ ਸਕਦੇ ਆ ਬਾਣੀਆਂ ਖੱਤਰੀ ਪ੍ਰਧਾਨ ਨੇ ਉਹੀ ਬਣ ਸਕਦੀਆਂ ਤੁਹਾਡੀਆਂ ਜਿਹੜੀਆਂ ਪਾਰਟੀਆਂ ਬ੍ਰਾਹਮਣ ਕਦੇ ਵੀ ਇਹਨਾਂ ਨੂੰ ਨੈਸ਼ਨਲ ਪਾਰਟੀਆਂ ਨਹੀਂ ਕਹੂਗਾ ਤੁਹਾਡੇ ਲੋਕਾਂ ਤੋਂ ਤੁਹਾਡੇ ਦਲਤਾਂ ਲੈਵਲ ਉੱਵਾ ਦੂਗਾ ਤੇ ਤੁਸੀਂ ਲੈਵਲੋਂ ਨਾ ਤੇ ਕਿਸੇ ਦੇ ਸਿੱਖਾਂ ਦਾ ਲਾਦਣਾ ਕਿਸੇ ਦੇ ਜੱਟਾਂ ਦਾ ਲਾਦਣਾ ਕਿਤੇ ਯਾਦਵਾਂ ਦਾ ਲਾਦਣਾ ਅਸੀਂ ਇਹ ਕਿ ਉਹ ਦੁਜੇ ਤੇ ਲੈਵਲ ਜਾਤੀ ਬਵਸਤਾ ਦਾ ਲਾ ਕੇ ਅਸੀਂ ਆਪਣੀ ਗੁਲਾਮੀ ਪੱਕੀ ਕਰਦੇ ਹਾਂ ਇਸ ਗੁਲਾਮੀ ਚੋਂ ਨਿਕਲਣ ਦੇ ਲਈ ਤੁਹਾਡੇ ਦਿਮਾਗ ਦੇ ਵਿੱਚੋਂ ਊਚ ਨੀਚ ਤੇ ਜਾਤ ਨਿਕਲਣੀ ਚਾਹੀਦੀ ਆ ਇਹ ਮਿੱਤਰੋ ਨਹੀਂ ਨਿਕਲ ਰਹੀ ਜਦੋਂ ਅਸੀਂ ਕੱਢਣ ਦੀ ਵੀ ਕੋਸ਼ਿਸ਼ ਕਰਦੇ ਹਾਂ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਲੋਕੀ ਵੈਰੀ ਬਣਦੇ ਆ ਕਹਿੰਦੇ ਜਾਤ ਤਾਂ ਹੁੰਦੀ ਆ ਧਰਮ ਇੱਕ ਅਲੱਗ ਚੀਜ਼ ਆ ਜਾਤ ਤਾਂ ਹੁੰਦੀ ਆ ਉਹਨਾਂ ਨੂੰ ਧਰਮਾਂ ਦੇ ਮਤਲਬ ਦਾ ਵੀ ਨਹੀਂ ਪਤਾ ਵੀ ਧਰਮ ਹੁੰਦਾ ਕੀ ਆ ਅਸੀਂ ਬਾਹਰ ਆ ਕੇ ਵੀ ਗੁਲਾਮ ਦੇ ਗੁਲਾਮ ਆ ਅਸੀਂ ਆਪਣੇ ਲੋਕਾਂ ਨੂੰ ਵੀ ਗੁਲਾਮ ਰੱਖ ਕੇ ਚੱਕਾ ਖਾਣਾ ਚਾਹੁੰਦੇ ਆ ਆਪਣੇ ਲੋਕਾਂ ਨੂੰ ਵੀ ਗੁਲਾਮ ਕਰਕੇ ਰੱਖਣ ਤੁਸੀਂ ਦੇਖੋ ਮਲੇਸ਼ੀਆ ਚ ਕੁੜੀਆਂ ਜਿਹੜੀਆਂ ਵਾਪਸ ਗਈਆਂ ਉਹਨਾਂ ਨੇ ਸ਼ਰਮ ਕਿਹਾ ਬੇ ਪੰਜਾਬੀ ਤੰਗ ਕਰਦੇ ਆ ਜਿਹੜੇ ਪਹਿਲਾਂ ਤੇ ਗਏ ਉਹ ਜ਼ਿਆਦਾ ਦੁਖੀ ਕਰਦੇ ਆ ਕੈਨੇਡਾ ਦੇ ਵਿੱਚ ਵੀ ਪੰਜਾਬੀਆਂ ਨੇ ਤੰਗ ਕੀਤਾ ਜਿਹੜੇ ਸਟੂਡੈਂਟ ਆਏ ਜਿਹੜੇ ਸਟੂਡੈਂਟ ਆਏ ਸੀ ਇੰਡੀਆ ਦੇ ਵਿੱਚੋਂ ਉਹਨਾਂ ਸਟੂਡੈਂਟਾਂ ਦੇ ਲਈ ਸ਼ੈਲਟਰ ਬਣਾਉਂਦੇ ਕੋਚਿੰਗ ਸੈਂਟਰ ਬਣਾਉਂਦੇ ਉਹਨਾਂ ਨੂੰ ਗੁਰਦੁਆਰਿਆਂ ਚ ਰੋਟੀ ਖਾਉਂਦੇ ਪਿਆਰ ਕਰਦੇ ਆ ਵੇ ਸਾਡੀ ਜਨਰੇਸ਼ਨ ਆ ਸਿੱਖਾ ਇਹ ਬਦੂ ਖੋਲੂਗੇ ਪਰ ਨਹੀਂ ਉਹਨਾਂ ਨੂੰ ਨਫ਼ਰਤ ਕੀਤੀ ਆ ਉਹਨਾਂ ਦਾ ਮੀਡੀਆ ਵਿੱਚ ਲੈ ਕੇ ਜਾਂਦਾ ਉਹਨਾਂ ਨੂੰ ਇਹ ਮੈਟਲਿਟੀ ਆ ਉੱਚ ਨੀਚ ਦੀ ਕਿ ਅਸੀਂ ਤਾਂ ਕਾਮਯਾਬ ਹੋ ਗਏ ਅਸੀਂ ਕਿਸੇ ਨੂੰ ਕਿਉਂ ਕਾਮਯਾਬ ਹੋਣ ਦਈਏ ਅਸੀਂ ਜ਼ਮੀਨਾਂ ਮਹਿੰਗੀਆਂ ਮਹਿੰਗੀਆਂ ਭਾਅ ਤੇ ਹਾਲੇ ਤੇ ਦੇ ਕੇ ਉਹਨੇ ਆਪਣੇ ਲੋਕਾਂ ਨੂੰ ਫਿਰ ਗਰੀਬ ਨੂੰ ਡੋਡਿਆਂ ਤੇ ਲਾ ਕੇ ਉਹਦੀ ਜ਼ਮੀਨ ਖਰੀਦੇ ਆ ਫਿਰ ਆਪਣੇ ਲੋਕਾਂ ਤੋਂ ਦਾਜ ਲੈਨੇ ਆ ਬਹੁਤ ਜ਼ਿਆਦਾ ਜ਼ਿਆਦਾ ਵੀ ਸਾਨੂੰ ਆ ਵੀ ਦੇ ਦੇ ਉਹ ਜ਼ਮੀਨਾਂ ਰੱਖ ਕੇ ਗਹਿਣੇ ਦਾਜ ਦਿੰਦੇ ਆ ਉੱਥੇ ਸਾਡੀ ਕਿੱਥੇ ਸੋਚ ਲ ਜਾਂਦੀ ਆ ਸਿੱਖੀ ਦੀ ਉਹ ਟਿਕਟੇ ਚਲ ਜਾਂਦੀ ਆ ਅਖਬਾਰਾਂ ਚ ਪ੍ਰਚਾਰ ਕਰਦੇ ਆ ਅਸੀਂ ਅਮਰਧਾਰੀ ਸਿੱਖੋਂ ਐਸ ਜਿਆਦਾ ਦਾ ਸਾਨੂੰ ਬੰਦਾ ਚਾਹੀਦਾ ਲੇ ਕੁੜੀ ਚਾਹੀਦੀ ਆ ਐਸ ਤਰੀਕੇ ਨਾਲ ਜੀ ਜਿਆਦਾ ਪ੍ਰਮੋਸ਼ਨ ਕਰਦੇ ਆ ਫਿਰ ਜਦੋਂ ਕਟ ਵੱਜਦੀ ਆ ਸਾਡੇ ਨੇੜੇ ਨਹੀਂ ਕੋਈ ਕੱਢਦਾ ਫਿਰ ਕਹਿੰਨੇ ਯਾਰ ਇਕੱਠੇ ਨਹੀਂ ਹੁੰਦੇ ਪਤਾ ਨਹੀਂ ਕੀ ਗੱਲ ਆ ਸਾਡੇ ਕੱਲਿਆਂ ਦੇ ਕਦੇ ਕੁੱਟ ਪਈ ਜਾਂਦੀ ਆ ਦਲਤ ਦੇ ਕੁੱਟ ਪੈ ਰਹੀ ਆ ਸਿੱਖਾਂ ਦੇ ਲੱਗ ਕੁੱਟ ਪੈ ਰਹੀ ਆ ਉਹ ਇਕੱਠੇ ਨਹੀਂ ਹੁੰਦੇ ਰਿਆ ਇਹ ਤੁਹਾਡੀ ਗੁਲਾਮੀ ਦੀ ਨਿਸ਼ਾਨੀਆਂ ਗੁਲਾਮੀ ਦੀ ਨਿਸ਼ਾਨੀਆਂ ਇਹ ਕੁੱਟ ਪਹਿਣੀਆਂ ਆ ਜੇ ਤੁਸੀਂ ਦਲਿਤ ਤੇ ਨੌਨ ਦਲਿਤ ਉੱਚੀ ਜਾਤ ਤੇ ਨੀਵੀਂ ਜਾਤ ਦੇ ਵਿੱਚ ਵੰਡੇ ਰਹੇ ਜੇ ਤੁਸੀਂ ਜਾਤ ਨਾ ਛੱਡੀ ਫਿਰ ਤੁਸੀਂ ਧਰਮਾਂ ਦੇ ਵੀ ਗਦਾਰ ਹੋ ਤੇ ਤੁਹਾਨੂੰ ਕੋਈ ਵੀ ਬੰਦਾ ਆਜ਼ਾਦ ਨਹੀਂ ਕਰਾ ਸਕਦਾ ਕੋਈ ਵੀ ਤੁਹਾਨੂੰ ਆਜ਼ਾਦ ਨਹੀਂ ਕਰਾ ਸਕਦਾ ਇਹ ਦਿਮਾਗ ਚ ਮੈਂਟੈਲਿਟੀ ਕਰਕੇ ਕੱਢ ਕੇ ਸਰਬ ਸੰਜੀਵਾਲਤਾ ਦੀ ਗੱਲ ਕਰਨੀ ਪੈਣੀ ਆ ਸਭ ਨਾਲ ਪਿਆਰ ਕਰਨਾ ਪੈਣਾ ਇਹ ਬੜਾ ਭਾਈ ਇਹ ਵਿਹੜੇ ਵਾਲਾ ਦੇ ਆਪਰਾ ਆਪਰਾ ਇਹ ਇਹਨਾਂ ਗੱਲਾਂ ਚੋਂ ਨਿਕਲਣਾ ਪਣਾ ਅਜੇ ਤੁਸੀਂ ਦੇਖੋ ਪੰਜਾਬ ਦਾ ਹਾਲ ਕੀ ਆ ਬਾਈਕਾਟ ਤਾਂ ਅੱਜ ਵੀ ਚੱਲਦੇ ਆ ਅੱਜ ਵੀ ਕਹਿੰਦੇ ਆ ਜੀ ਦਲਤਾਂ ਦਾ ਬਾਈਕਾਟ ਹੋ ਗਿਆ ਕਿੱਥੇ ਹੋਵੇ ਸਖਰਨ ਦੇ ਪੰਜਾਬ ਚ ਮੈਂ ਸੱਚ ਦੱਸਾਂ ਮੈਨੂੰ ਪਿੰਡਾਂ ਦੇ ਵਿੱਚ ਜੱਟ ਚਮਾਰ ਚੂੜੇ ਸਾਂਸੀ ਮਰਾਸੀ ਨਾਈ ਦੀਦੇ ਮੈਨੂੰ ਨਹੀਂ ਸਕਦੀ ਦਾ ਕੋਈ ਵੀ ਬਹੁਤ ਗੁੰਗਣਾਂ ਤੇ ਗਣੇ ਜਾਣ ਵਾਲੇ ਲੋਕ ਨੇ ਜਿਹੜੇ ਸੰਤ ਜਰਨੈ ਸਿੰਘ ਪੰਡਰਾ ਵਾਲੇ ਵਰਗੇ ਸਿੱਖ ਨਹੀਂ ਯਾਨੀ ਦੇਤ ਸਿੰਘ ਵਰਗੇ ਸਿੱਖ ਨਹੀਂ ਗੁੰਗਣਾਂ ਤੇ ਗਣੇ ਜਾਣ ਵਾਲੇ ਲੋਕ ਨੇ ਮੇਰੇ ਵੀਰੋ ਜਿਹੜੀ ਗੁਲਾਮੀ ਆ ਗੁਲਾਮੀ ਦੇ ਕਾਰਨ ਅੱਜ ਜੋ ਬੀਐਸਪੀ ਨੂੰ ਦਲਤਾਂ ਦੀ ਪਾਰਟੀ ਕਹਿੰਦੇ ਆ ਤੇ ਕਾਂਗਰਸ ਭਾਜਪਾ ਜਿਹੜੀਆਂ 3.5% ਬ੍ਰਾਹਮਣਾਂ ਦੀਆਂ ਪਾਰਟੀਆਂ ਉਹਨਾਂ ਨੂੰ ਨੈਸ਼ਨਲ ਪਾਰਟੀਆਂ ਕਹਿੰਦੇ ਆ ਤੇ ਤੁਹਾਡੀ ਗੁਲਾਮੀ ਆ ਤੁਹਾਡੀ ਗੁਲਾਮੀ ਨੇ ਉਹਨਾਂ ਨੂੰ ਸੈਂਟਰ 'ਚ ਬਿਠਾਇਆ ਤੁਹਾਡੀ ਗੁਲਾਮੀ ਦੇ ਕਾਰਨ ਤੁਸੀਂ ਮਾਰੇ ਜਾ ਰਹੇ ਆ ਧਰਮ ਨਹੀਂ ਕਦੇ ਮਾਰੇ ਹੁੰਦੇ ਮਿੱਤਰੋ ਚਾਹੇ ਮੁਸਲਮਾਨ ਲੈ ਲੋ ਸੇਕ ਧਰਮ ਲੈ ਲਓ ਇਸਾਈ ਲੈ ਲਓ ਬੋਧੀ ਲੈ ਲਓ ਸੱਚ ਇੱਕੋ ਹੀ ਆ ਦੁਨੀਆ ਤੇ ਸੱਚ ਦੋ ਨਹੀਂ ਹੈਗੇ ਸੱਚ ਇੱਕ ਵਾ ਧਰਮ ਨਹੀਂ ਮਾੜੇ ਹੁੰਦੇ ਧਰਮ ਨੂੰ ਮੰਨਣ ਵਾਲੇ ਲੋਕ ਮਾੜੇ ਹੋ ਸਕਦੇ ਜਦੋਂ ਧਰਮਾਂ ਨੂੰ ਸਹੀ ਤਰੀਕੇ ਨਾਲ ਫਾਲੋ ਨਹੀਂ ਕੀਤਾ ਜਾਂਦਾ ਤਾਂ ਉਹ ਧਰਮ ਖਤਮ ਹੋ ਜਾਂਦੇ ਉਹ ਕਦੇ ਧਰਮ ਵੱਧਦੇ ਫੁੱਲਦੇ ਨਹੀਂ ਹੈ ਕਦੇ ਵੀ ਨਹੀਂ ਵੱਧਦੇ ਫੁੱਲਦੇ ਕਿਉਂਕਿ ਧਰਮ ਦਾ ਜੋ ਮੇਨ ਆਈਡੀਆ ਆ ਜੋ ਮੇਨ ਉਹਦੀ ਥਾਟ ਹੈ ਉਨwise follow ਨਹੀਂ ਕਰਦੇ ਧਰਮ ਖਤਮ ਹੋ ਜਾਂਦੇ ਵਾਧੇ ਫੁੱਲਦੇ ਨਹੀਂ ਹੁਣ ਕ੍ਰਿਸਚੀਅਨਿਟੀ ਆ ਕਿਉਂ ਵੱਧ ਫੁੱਲ ਰਹੀ ਆ ਕਿਉਂ ਵੱਧ ਫੁੱਲ ਰਹੀ ਆ ਕਿਉਂਕਿ ਜਿਹੜੋ ਬਾਈਬਲ ਨੂੰ ਮੰਨਣ ਵਾਲੇ ਲੋਕ ਨੇ ਆਪਾਂ ਹੁਣ ਜਿਹੜਾ ਕੰਟਰੀਆਂ 'ਚ ਬੈਠੇ ਆ ਅਮਰੀਕਾ ਕੈਨੇਡਾ ਦੇ ਵਿੱਚ ਬਾਈਬਲ ਨੂੰ ਮੰਨਣ ਵਾਲੇ ਲੋਕ ਨੇ ਇਹਨਾਂ ਨੇ ਬਾਈਬਲ ਨੂੰ ਇੰਪਲੀਮੈਂਟ ਕੀਤਾ ਆ ਆਪਣੇ ਸਰੀਰਾਂ ਤੇ ਆਪਣੇ ਅੰਦਰ ਤੇ ਆਪਣੇ ਦੇਸ਼ ਦੇ ਵਿੱਚ ਇੱਥੇ ਰੋਟੀ ਕੱਪੜਾ ਮਕਾਨ ਸਭ ਨੂੰ ਮਿਲਦਾ ਸਭ ਨੂੰ ਰੋਟੀ ਕੱਪੜਾ ਮਕਾਨ ਮਿਲਦਾ ਅਸੀਂ ਨੱਠ ਨੱਠ ਕੇ ਆਪਣੇ ਕੰਟਰੀਆਂ ਵਿੱਚੋਂ ਮੁਸਲਮਾਨ ਆਪਾਂ ਲੋਕ ਅਸੀਂ ਨੱਠ ਨੱਠ ਕੇ ਨਾ ਕੰਟਰੀ ਨੂੰ ਆ ਰਹੇ ਆਂ ਕਿਉਂ ਆ ਰਹੇ ਆ ਕਿਉਂਕਿ ਤੇ ਧਰਮ ਜਿਹੜਾ ਆ ਉਹ ਲਾਗੂ ਆ ਧਰਮ ਲਾਗੂ ਆ ਰੋਟੀ ਕਪੜਾ ਮਕਾਨ ਮਿਲਦਾ ਭੁੱਖੇ ਨੂੰ ਰੋਟੀ ਮਿਲਦੀ ਆ ਜਸਟਿਸ ਆ 90% ਰੱਖ ਲਓ 99% ਰੱਖ ਲਓ 95% ਰੱਖ ਲਓ ਕਿ ਬਰਾਬਰਤਾ ਤੇ ਆਪਾਂ ਨੱਠ ਨੱਠ ਕਿਥੇ ਨੂੰ ਆ ਰਹੇ ਆ ਇਹ ਬੇਗਮਪੁਰਾ ਖਾਲਸਾ ਰਾਜ ਆ ਤੇ ਇਹ ਧਰਮ ਬਾਦ ਫੁੱਲ ਰਿਹਾ ਜੇ ਧਰਮ ਬਾਦ ਫੁੱਲ ਰਿਹਾ ਤੇ ਇਹ ਧਰਮ ਇੱਕ ਦਿਨ ਸਾਰੀ ਦੁਨੀਆ ਤੇ ਹੋਣਾ ਤੇ ਜਿਨ੍ਹਾਂ ਧਰਮਾਂ ਨੂੰ ਅਸੀਂ ਮੰਨਦੇ ਸੱਚ ਤਾਂ ਉਹਦੇ ਵਿੱਚ ਵੀ ਲਿਖਿਆ ਹੈ ਪਰ ਉਹ ਕਿਉਂ ਨਹੀਂ ਵੱਧ ਫੁੱਲ ਰਿਹਾ ਕਿਉਂਕਿ ਧਰਮ ਨੂੰ ਮੰਨਣ ਵਾਲੇ ਲੋਕ ਮਾੜੇ ਨੇ ਧਰਮ ਨੂੰ ਮੰਨਣ ਵਾਲੇ ਲੋਕ ਆਪਣੇ ਆਪ ਨੂੰ ਕਹਿੰਦੇ ਅਸੀਂ ਚਮਾਰਾਂ ਦੇ ਪੁੱਤ ਹੁੰਦੇ ਆ ਆਪਣੇ ਆਪ ਨੂੰ ਕਹਿੰਦੇ ਅਸੀਂ ਜੱਟਾਂ ਦੇ ਪੁੱਤ ਹੁੰਦੇ ਆ ਆਪਣੇ ਆਪ ਨੂੰ ਕਹਿੰਦੇ ਅਸੀਂ ਚੀਰਾਂ ਦੇ ਪੁੱਤ ਹੁੰਦੇ ਆ ਉਹ ਡਿਵੀਜ਼ਨ ਵਿੱਚ ਜੁੰਦੇ ਆ ਨਫ਼ਰਤ ਵਿੱਚ ਜੁੰਦੇ ਆ ਧਰਮਾਂ ਨੂੰ ਮੰਨਣ ਵਾਲੇ ਲੋਕੋ ਕਿਦਾਂ ਧਰਮ ਵੱਧ ਫੁੱਲੋਗੇ ਅੱਜ ਨਹੀਂ ਤਾਂ ਕੱਲ ਨੂੰ ਕੱਲ ਨੂੰ ਤਾਂ ਪਰਸ ਨੂੰ ਖਤਮ ਹੋਣਿਆ ਧਰਮ ਉਹ ਅਸੀਂ ਖਤਮ ਕਰਨੇ ਆ ਉਹ ਸਾਡਾ ਕਜ਼ੂਰ ਹੋਣਾ ਧਰਮ ਦਾ ਜੋ ਲਿਖਿਆ ਹੈ ਉਹ ਸੱਚਾ ਸਾਰਾ ਕੁਝ ਉਹਦੇ ਵਿੱਚ ਕੋਈ ਝੂਠ ਨਹੀਂ ਗ੍ਰੰਥਾਂ ਵਿੱਚ ਲਿਖੀਆਂ ਗੱਲਾਂ ਸਭ ਸੱਚ ਨੇ ਪਰ ਉਹਨਾਂ ਨੂੰ ਅਸੀਂ ਆਪਣੇ ਆਪ ਤੇ ਇੰਪਲੀਮੈਂਟ ਨਹੀਂ ਕੀਤਾ ਜਿਸ ਕਰਕੇ ਉਹ ਖਤਮ ਹੋਣੇ ਕਿਰਿਸਚਨਿਟੀ ਵੱਧ ਫਲ ਰਹੀ ਆ ਕਿਉਂਕਿ ਜੋ ਬਾਈਬਲ ਵਿੱਚ ਲਿਖਿਆ ਹੈ ਇਹਨਾਂ ਨੇ ਇੰਪਲੀਮੈਂਟ ਵੀ ਕੀਤਾ ਤੇ ਦੁਨੀਆ ਤੇ ਵੱਧ ਫਲ ਰਹੀ ਆ ਤੇ ਲੋਕ ਨੱਠ ਨੱਠ ਕੇ ਬਾਈਬਲ ਨੂੰ ਮੰਨਣ ਵਾਲੇ ਲੋਕਾਂ ਦੇ ਕੰਟਰੀਆਂ ਦੇ ਵਿੱਚ ਆ ਰਹੇ ਨੇ ਕਿਉਂਕਿ ਕਿ jobਾਂ ਕ੍ਰੀਟ ਕਰ ਰਹੇ ਨੇ ਸਾਨੂੰ ਰੋਟੀ ਕੱਪੜਾ ਮਕਾਨ ਦੀ ਗਾਰੰਟੀ ਦਿੰਦੇ ਆ ਅਸੀਂ ਭੱਜ ਭੱਜ ਕੇ ਆ ਰਹੇ ਆਂ ਜੇ ਸਲਤ ਧਰਮ ਤੈਅ ਹੋਇਆ ਨਾ ਜੇ ਧਰਮ ਤੁਸੀਂ ਭਾਰਤ ਵਿੱਚ ਪੈਦਾ ਕਰ ਦੋਗੇ ਪਿੰਡਾਂ ਵਿੱਚ ਪੈਦਾ ਕਰ ਦੋਗੇ ਮਹੱਲਿਆਂ ਵਿੱਚ ਪੈਦਾ ਕਰ ਦੋਗੇ ਤੁਹਾਡੇ ਸੇਵੇ ਇੱਕ ਗੁਰਦੁਆਰੇ ਇੱਕ ਪਿਆਰ ਭਾਵਨਾ ਦਾ ਸਾਰਾ ਸਿਸਟਮ ਚਲਾ ਦੋਗੇ ਤਾਂ ਤੁਹਾਡਾ ਵੀ ਬੇਗੰਪੁਰਾ ਖਾਲਸਾ ਰਾਜ ਬਣ ਜਾਣਾ ਤੁਹਾਡਾ ਵੀ ਧਰਮ 크ਰਿਸਚੀਅਨਟੀ ਧਰਮ ਵਾਂਗੂ ਵੱਧ ਫੱਲੂਗਾ ਪਰ ਅੱਜ ਆਪਾਂ ਆਪਣੇ ਹੀ ਧਰਮਾਂ ਨੂੰ ਖਤਮ ਕਰ ਰਹੇ ਆ ਆਪਣੇ ਲੋਕਾਂ ਨੂੰ ਖਤਮ ਕਰ ਰਹੇ ਆ ਆਪਣੇ ਹੀ ਲੋਕਾਂ ਨੂੰ ਨਫ਼ਰਤ ਕਰ ਰਹੇ ਆ ਕਦੇ ਦਲਤ ਕਹਿ ਕੇ ਕਦੇ ਜਾਤਾਂ ਦੇ ਨਾਂ ਲੈ ਕੇ ਬੇਸਿਕਲੀ ਆਪਾਂ ਨਫ਼ਰਤ ਵਿੱਚ ਜੁਨੇ ਆ ਇਸ ਕਰਕੇ ਜਿਹੜੀ ਮੇਰੇ ਵੀਰਾਂ ਨੇ ਕੁਝ ਗੱਲ ਰੱਖੀ ਸੀ ਕਿ ਭਈਆ ਇਸ ਨੂੰ ਕਿਉਂ ਦਲਤਾਂ ਦੀ ਪਾਰਟੀ ਕਹਿੰਦੇ ਆ ਇਹ ਲੈਵਲ ਕਿਉਂ ਨਹੀਂ ਲੈਂਦਾ ਇਹ ਮਿੱਤਰੋ ਇਹ ਵੀ ਇੱਕ ਜਾਤੀ ਬਵਸਤਾ ਤੋਂ ਆਇਆ ਹੋਇਆ ਮੈਟੈਲਟੀ ਆ ਜਾਤੀ ਬਵਸਤਾ ਵਾਲੀ ਮੈਟੈਲਟੀ ਆ ਇਹ ਖਤਮ ਨਹੀਂ ਹੋਣੀ ਜਿੰਨਾ ਚਿਰ ਇਹ ਲੋਕ ਆਪਣੇ ਆਪ ਨੂੰ ਉੱਚੀਆਂ ਤੇ ਨੀਵੀਆਂ ਜਾਤਾਂ ਦੇ ਸਮਝਣੋਂ ਬੰਦ ਨਹੀਂ ਕਰਦੇ ਜਿੰਨਾ ਚਿਰ ਇਹ ਬ੍ਰਾਹਮਣ ਨੂੰ ਉੱਚੀ ਜਾਤਾਂ ਦੇ ਸਮਝਣ ਨੂੰ ਸਮਝਦੇ ਰਹੋਗੇ ਜਿੰਨਾ ਚਿਰ ਤੱਕ ਇਹ ਮੰਡਲ ਕਮਿਸ਼ਨ ਨਹੀਂ ਸਮਝਦੇ ਜਿੰਨਾ ਚਿਰ ਤੱਕ ਇਹ ਆਰਟੀਕਲ 340 ਜਿਹਦੇ ਦੀਨ ਮੰਡਲ ਕਮਿਸ਼ਨ ਬਣਿਆ ਕਾਕਾ ਕਾਲ ਕਰ ਕਮਿਸ਼ਨ ਬਣਿਆ ਜਿਹਦੇ ਦੀਨ 85% ਲੋਕ ਇਹਨਾਂ ਦੀ ਹਿੱਸੇਦਾਰੀ ਆ ਜਿੰਨਾ ਚਿਰ ਉਹ ਲੈ ਕੇ ਬਰਾਬਰਤਾ ਦੀ ਗੱਲ ਨਹੀਂ ਸ਼ੁਰੂ ਹੁੰਦੀ ਉਨਾ ਚਿਰ ਗੱਲ ਨਹੀਂ ਬਣਨੀ ਇਹ 52% ਲੋਕ ਮੰਡਲ ਕਮਿਸ਼ਨ ਨਹੀਂ ਸਮਝਦੇ ਪਰ ਉਹ ਦਲਤਾਂ ਨੂੰ ਕਹੀ ਜਾਂਦੇ ਲੈਜੀ ਰਿਜ਼ਰਵੇਸ਼ਨ ਖਾਗਾ ਉਹ ਹਿੱਸੇਦਾਰੀ ਆ ਪਤੰਦਰ ਤੁਸੀਂ ਵੀ ਹਿੱਸੇਦਾਰੀ ਲੈ ਲਓ ਆਪਣੀ ਬ੍ਰਾਹਮਣ ਨੂੰ ਘੱਟ ਗਣਤੀ ਵਿੱਚ ਕਰ ਦੋ ਆ ਨਿੱਕੀ ਜਿਹੀ ਗੱਲ ਨਹੀਂ ਇਹਨਾਂ ਦੇ ਸਮਝ ਲੱਗਦੀ ਇਹਨਾਂ ਦੇ ਧਰਮ ਦੀ ਗੱਲ ਕੀ ਸਮਝ ਲੱਗਣੀ ਹੈ ਇਸ ਕਰਕੇ ਜਿੰਨਾ ਚਿਰ ਇਹ ਲੋਕ ਗੁਲਾਮ ਇਹਨਾਂ ਦੇ ਦਿਮਾਗ 'ਚ ਰੋਸ਼ਨੀ ਨਹੀਂ ਨਿਆਉਂਦੀ ਇਹ ਬੀਐਸਪੀ ਨੂੰ ਦਲਤਾਂ ਦੀ ਪਾਰਟੀ ਕਹੋਗੇ ਬਾਬਾ ਸਾਹਿਬ ਅੰਬੇਦਕਰ ਨੂੰ ਦਲਤਾਂ ਦਾ ਨੇਤਾ ਕਹੋਗੇ ਤੇ ਕਾਂਛੀ ਰਾਮ ਨੂੰ ਦਲਤਾਂ ਦਾ ਨੇਤਾ ਕਹੋਗੇ ਤੇ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਸਿੱਖਾਂ ਦਾ ਗੁਰੂ ਕਹੋਗੇ ਤੁਸੀਂ ਵੀ ਉਹਨਾਂ ਨੂੰ ਗੁਰੂ ਨਹੀਂ ਕਹਣਾ ਕਿਉਂਕਿ ਤੁਹਾਡੇ ਦਿਮਾਗ 'ਚ ਆ ਵੀ ਗੁਰੂ ਨਾਨਕ ਦੇਵ ਜੀ ਇਹ ਕੱਲੇ ਸਿੱਖਾਂ ਲੈ ਆਏ ਉਹ ਸਭ ਲਈ ਸੀ ਉਹ ਦੁਨੀਆ ਦੇ ਲਈ ਸੀ ਸਖਜਬ ਕਿਉਂ ਹੁੰਚਾ ਇਹਦੀ ਖੋਜ ਕਰੋ ਫੂਗਾ ਗਿਆ ਸੀ ਤੇ ਮੇਰੇ ਵੀਰੋ ਮੈਂ ਰਖਿਆਲ ਮੇਰਾ ਟਾਪਿਕ ਕਲੀਅਰ ਹੋ ਗਿਆ ਕਿ ਬੀਐਸਪੀ ਨੂੰ ਦਲਤਾਂ ਦੀ ਪਾਰਟੀ ਕਿਉਂ ਕਹਿੰਦੇ ਆ ਤੇ ਕਾਂਗਰਸ ਭਾਜਪੀ ਨੂੰ ਬ੍ਰਾਹਮਣਾਂ ਦੀ ਪਾਰਟੀ ਕਿਉਂ ਨਹੀਂ ਕਹਿੰਦੇ ਕਿਉਂਕਿ ਬ੍ਰਾਹਮਣ ਜਿਹੜਾ ਤੁਹਾਡੇ ਤੇ ਰਾਜ ਕਰ ਰਿਹਾ ਉਹ ਤੁਹਾਨੂੰ ਕਹਿਣੇ ਨਹੀਂ ਦਿੰਦਾ ਉਹਨਾਂ ਦਾ ਮੀਡੀਆ ਕਹਿਣੇ ਨਹੀਂ ਦਿੰਦਾ ਤੁਹਾਨੂੰ ਬ੍ਰਾਹਮਣਾਂ ਦੀ ਪਾਰਟੀ ਹੈ ਉਹਨੇ ਤੁਹਾਡੇ ਮੂੰਹ ਤੇ ਤਾਲਾ ਲਾਇਆ ਉਹਨੇ 52% ਲੋਕ ਉੱਚੀਆਂ ਜਾਤਾਂ ਦੇ ਛੂਦਰ ਨਾਲ ਜੋੜ ਕੇ ਉਹਨਾਂ ਨੂੰ ਕਹਿ ਰਿਹਾ ਕਿ ਕਹੋ ਇਹ ਦਲਤਾਂ ਦੀ ਪਾਰਟੀ ਉਹ ਕਹਿ ਰਹਾ ਜਿਹੜੇ ਤੁਹਾਡੇ ਭਰਾ ਉੱਚੀਆਂ ਜਾਤਾਂ ਦੇ ਛੂਦਰ ਉਹ ਤੁਹਾਨੂੰ ਦਲਤ ਕਹਿ ਰਹਾ ਤੇ ਤੁਸੀਂ ਉਹਨਾਂ ਨੂੰ ਕਹਿ ਰਹੇ ਆ ਇਹ ਉੱਚੀਆਂ ਜਾਤਾਂ ਦਾ ਲਾਣਾ ਉੱਚੀਆਂ ਜਾਤਾਂ ਦਾ ਛੂਦਰ ਇਹੀ ਗੁਲਾਮੀਆਂ ਤੁਹਾਡੀਆਂ ਇਹੀ ਗੁਲਾਮੀਆਂ ਇਸ ਕਰਕੇ ਜਿੰਨਾ ਚਿਰ ਇਹ ਗੁਲਾਮੀ ਨਹੀਂ ਖਤਮ ਹੁੰਦੀ ਉਹਨਾਂ ਚਿਰ ਤੁਹਾਡੇ ਗੁਰੂ ਵੀ ਵੰਡੇ ਰਹੂਗੇ ਉਹਨਾਂ ਚਿਰ ਤੁਹਾਡੇ ਨੇਤਾ ਵੀ ਵੰਡੇ ਰਹੂਗੇ ਤੇ ਤੁਸੀਂ ਵੀ ਵੰਡੇ ਰਹੋਗੇ ਤੇ BSP ਨੂੰ ਕਹਿੰਦੇ ਰਹੋਗੇ ਲੋਕ ਦਲਤਾਂ ਦੀ ਪਾਰਟੀ ਤੁਸੀਂ ਆਪਣੇ ਆਪ ਨੂੰ ਹੰਕਾਰ ਨਾਲ ਗੁਲਾਮੀ ਨਾਲ ਕਹਿੰਦੇ ਰਹੋਗੇ ਅਸੀਂ ਜੱਟਾਂ ਦੇ ਪੋਤਾਂ ਚਮਾਰਾਂ ਦੇ ਪੋਤਾਂ ਅਸੀਂ ਬਾਲਮਿਕਾਂ ਦੇ ਪਤਾਂ ਇਹ ਇਹ ਤੁਸੀਂ ਕਹਿੰਦੇ ਰਹਿਣਾ ਜਿੰਨਾ ਚਿਰ ਤੁਸੀਂ ਗੁਲਾਮ ਰਹਿਣਾ ਜਿੱਦਣ ਤੁਹਾਡੇ ਇਹ ਗੱਲਾਂ ਦਿਲਾ ਦਿਮਾਗਾਂ ਚੋਂ ਨਿਕਲ ਗਈਆਂ ਕਿ ਸਾਡੀ ਕੋਈ ਜਾਤ ਨਹੀਂ ਹੈਗੀ ਅਸੀਂ ਭਾਰਤ ਦੇ ਮੂਲ ਵਾਸੀਆਂ ਅਸੀਂ ਜਿਹਨੇ ਸਾਨੂੰ ਮਾਰਿਆ ਜਿਹੜਾ ਸਾਡੇ ਤੇ ਰਾਜ ਕਰ ਰਿਹਾ ਜਨ ਮੁਗਲਾਂ ਨਾਲ ਮਿਲ ਕੇ ਰਾਜ ਕੀਤਾ ਜਿਹਨੇ ਬ੍ਰਿਟਿਸ਼ ਨਾਲ ਮਿਲ ਕੇ ਰਾਜ ਕੀਤਾ ਅਸੀਂ ਇਹਨੂੰ ਗੱਦੀ ਤੋਂ ਲਾ ਕੇ ਭਾਰਤ ਦੇ 85% ਲੋਕਾਂ ਦਾ ਰਾਜ ਲੈ ਕੇ ਆਣਾ ਗੁਰੂ ਗ੍ਰੰਥ ਸਾਹਿਬ ਦਾ ਰਾਜ ਲੈ ਕੇ ਆਣਾ ਜਦੋਂ ਇਹ ਗੱਲਾਂ ਤੁਹਾਡੇ ਦਿਮਾਗ 'ਚ ਆ ਗਈਆਂ ਉਸ ਵੇਲੇ ਤੁਹਾਡੇ ਦਿਮਾਗ ਚ ਡਿਵੀਜ਼ਨ ਖਤਮ ਹੋ ਜਾਣੀਆਂ ਦਲਤ ਤੇ ਨੌਨ ਦਲਤ ਦੇ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਮੂਲ ਵਾਸੀ ਨਮਾ ਬਦਾ ਅਸਲਾਮ ਅਲੈਕਮ ਜੈਮ ਸੀ ਜੀ